ਆਏ ਹਾਏ ਕਿਤਾਰ ਕਾ ਰੰਧਾਵਾ ਕਰਦਾ ਸੀ ਕਿਸੇ ਟਾਈਮ ਤੇ ਗੁਲਾਟੀ ਹੁਣ ਤਾਂ ਬਸ ਆ ਪਿੰਡ 'ਚ ਰਹਿ ਕੇ ਆਹ ਦਫ਼ਤਰ ਦੇ ਕਾਗਜ਼ਾਂ ਪੱਤਰਾਂ 'ਚ ਉਲਝੇ ਰਹੀਦਾ ਯਾਰ ਅਤੇ ਗੁਰਦਾਸ ਮਾਨ ਦੇ ਗਾਣੇ ਸੁਣ ਛੱਡੀਏ ਆਹ ਸੱਚ ਮੈਨੂੰ ਆਹ ਕਾਗਜ਼ ਪੱਤਰਾਂ ਤੋਂ ਯਾਦ ਆਇਆ ਉਹ ਥੋੜ੍ਹੇ ਦਿਨਾਂ ਤੱਕ ਨਾ ਸ਼ਹਿਰ ਜਾਣਾ ਕਿਸੇ ਨੇ ਤੂੰ ਐਂ ਕਰੀ ਆਫਿਸ ਦੀਆਂ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਸ਼ਹਿਰ ਵਾਲੀ ਕੋਠੀ ਦੇ ਨੌਕਰ ਅਮਰੂ ਕੋਲ ਛੱਡ ਜੀ ਉਹ ਆਪੇ ਦੇ ਜਾਏਗਾ ਹਾਂ ਆਹ ਚੱਲ ਠੀਕ ਹੈ ਰੱਖਦਾ ਫਿਰ ਮੈਂ ਨਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਨੂੰ ਆ ਪਿੰਡ ਵਿੱਚੋਂ ਲੱਭਦਾ ਕੀ ਹੈ ਸ਼ਹਿਰ ਵਿੱਚ ਇੰਨੀ ਵੱਡੀ ਕੋਠੀ ਇੰਨਾ ਵੱਡਾ ਦਫ਼ਤਰ ਹੁੰਦੇ ਸੋ ਹੁੰਦੇ ਤੁਸੀਂ ਆ ਪਿੰਡ ਵਿੱਚ ਬੈਠੇ ਹੋ ਨਾਲੇ ਗੱਲ ਸੁਣੋ ਮੇਰਾ ਵੀ ਤਾਂ ਦਿਲ ਕਰਦਾ ਨਾ ਜਾ ਕੇ ਸ਼ਹਿਰ ਵਿੱਚ ਰਵਾਂ ਨਾਲੇ ਤੁਸੀਂ ਤਾਂ ਵਿਆਹ ਤੋਂ ਪਹਿਲਾਂ ਸ਼ਹਿਰ 'ਚ ਹੀ ਰਹਿੰਦੇ ਸੀ ਉਹ ਰਹਿੰਦੇ ਸੀ ਲਵਲੀ ਰਹਿੰਦੇ ਸੀ ਫਿਰ ਜਦੋਂ ਮੈਂ ਆਪਣੇ ਬੀਜੀ ਬਾਪੂ ਨੂੰ ਮਿਲਣ ਲਈ ਪਿੰਡ ਆਇਆ ਤੇ ਬਸ ਫਿਰ ਇੱਥੋਂ ਦਾ ਹੋ ਕੇ ਰਹਿ ਗਿਆ ਨਾਲੇ ਇੱਥੇ ਤੇ ਤੇਰਾ ਮੇਰਾ ਵਿਆਹ ਹੋਇਆ ਹੈ ਹੈ ਇਹ ਇਤਿਹਾਸਕ ਘਰ ਹੈ ਇਹਦੀ ਦਹਿਲੀਜ਼ ਤੋਂ ਮੇਰੀ ਮਾਂ ਨੇ ਤੇਰੇ ਤੋਂ ਤੇ ਮੇਰੇ ਤੋਂ ਵੀ ਪਾਣੀ ਵਾਰ ਕੇ ਪੀਤਾ ਹੈ ਤੇ ਬਸ ਇੱਥੇ ਫਿਰ ਆਪਣੀ ਦੁਨੀਆ ਬਣ ਗਈ ਤੇ ਹੁਣ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਤੁਹਾਨੂੰ ਤਾਂ ਨਾ ਬਸ ਬੰਦੇ ਨੂੰ ਗੱਲਾਂ 'ਚ ਫਸਾਉਣਾ ਆਉਂਦਾ ਸਾਫ਼ ਸਾਫ਼ ਕਿਉਂ ਨਹੀਂ ਕਹਿ ਦਿੰਦੇ ਕਿ ਤੁਸੀਂ ਮੈਨੂੰ ਸ਼ਹਿਰ ਲਿਜਾਣਾ ਨਹੀਂ ਚਾਹੁੰਦੇ ਓਏ ਲਵਲੀ ਹਰ ਵੇਲੇ ਨਾ ਮਚਾਈ ਰੱਖਿਆ ਕਰ ਖਲਬਲੀ ਆਹ ਇੰਨੀ ਮਿੱਠੀ ਕੌਫੀ ਪਿਉਣ ਤੋਂ ਬਾਅਦ ਹੁਣ ਇਹੋ ਜਿਹੀਆਂ ਕੌੜੀਆਂ ਗੱਲਾਂ ਕਰਕੇ ਮੇਰੇ ਦਿਮਾਗ ਦਾ ਕੀਮਾ ਨਾ ਕਰ ਜਾ ਕੇ ਕੁਝ ਕਿਚਨ 'ਚ ਤਾਂ ਜਾ ਤੁਹਾਡੇ ਨਾਲ ਤਾਂ ਗੱਲ ਕਰਨਾ ਫਜ਼ੂਲ ਹੈ ਲਵਲੀ ਤੂੰ ਇੱਥੇ ਵਾਟ ਅ ਸਰਪ੍ਰਾਈਜ਼ ਕੀ ਸਰਪ੍ਰਾਈਜ਼ ਯਾਰ ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ ਕਿਉਂ ਕੀ ਹੋਇਆ ਤੂੰ ਤਾਂ ਆਪਣਾ ਕਾਲਜ ਖਤਮ ਕਰਨ ਤੋਂ ਬਾਅਦ ਆਪਣੇ ਪਿੰਡ ਜਾ ਰਹੀ ਸੀ ਨਾ ਆਪਣੇ ਮੋਮ ਕੋਲ ਹਾਂ ਜਾ ਤਾਂ ਪਿੰਡ ਹੀ ਰਹੀ ਸੀ ਪਰ ਐਕਚੁਲੀ ਮੇਰੀ ਮੋਮ ਨਾਲ ਗੱਲ ਹੋਈ ਸਵੇਰੇ ਸਾਡੇ ਨਾਲ ਦੇ ਪਿੰਡ ਦੇ ਸਰਪੰਚ ਨੇ ਉਹਨਾਂ ਨੇ ਮੇਰਾ ਰਿਸ਼ਤਾ ਆਪਣੇ ਭਰਾ ਨਾਲ ਤੈਅ ਕਰਤਾ ਯਾਰ ਔਰ ਯਾਰ ਜ਼ਬਰਦਸਤੀ ਇਹਦੇ ਵਿੱਚ ਕੀ ਹੈ ਤੂੰ ਮਨਾ ਕਰ ਦੇ ਉਹੀ ਤਾਂ ਨਹੀਂ ਕਰ ਸਕਦੀ ਡੈਡ ਦੇ ਜਾਣ ਤੋਂ ਬਾਅਦ ਉਹਨਾਂ ਨੇ ਮੋਮ ਦੀ ਬਹੁਤ ਹੈਲਪ ਕੀਤੀ ਇੱਦਾਂ ਮਨਾ ਨਹੀਂ ਕਰ ਸਕਦੀ ਯਾਰ ਅਤੇ ਹੁਣ ਤੂੰ ਕੀ ਕਰੇਗੀ ਮੇਰੇ ਕੋਲ ਇੱਕੋ ਹੀ ਰਾਹ ਹੈ ਇੱਥੇ ਜੋਬ ਲੱਭ ਉਹਨਾਂ ਦੇ ਪੈਸੇ ਵਾਪਸ ਕਰਦਾ ਅਤੇ ਮੋਮ ਨੂੰ ਇੱਥੇ ਬੁਲਾ ਲਾਂ ਕੋਈ ਗੱਲ ਨਹੀਂ ਲਵਲੀ ਤੂੰ ਜਦ ਤੱਕ ਚਾਹੇ ਇੱਥੇ ਰੁਕ ਸਕਦੀ ਹੈ ਤੇਰਾ ਹੀ ਘਰ ਹੈ ਅਤੇ ਸਭ ਕੁਛ ਠੀਕ ਹੋ ਜਾਊਗਾ ਥੈਂਕ ਯੂ ਯਾਰ ਐਨੀ ਟਾਈਮ ਕੀ ਹੋਇਆ ਉਹ ਆ ਗਈ ਪਾ ਸ਼ੇਰ ਕੀ ਕਰ ਰਹੇ ਹੋ ਤੁਸੀਂ ਕੋਈ ਦੇਖ ਲਵੇਗਾ ਉਮਰ ਮੈਂਟੀ ਨਹੀਂ ਹੋ ਰਿਹਾ ਆ ਫੜ ਚਾਬੀ 50 ਲੱਖ ਪਿਆ 50 ਲੱਖ ਅੱਛਾ ਮੇਰੀ ਗੱਲ ਸੁਣ ਕੱਲ ਜਾਣਾ ਨੰਦਾਵਾ ਸਾਹਿਬ ਦੇ ਘਰ ਤਿਆਰ ਟਾਈਮ ਸਿਰ ਹੋ ਜਾਈਂ ਠੀਕ ਹੈ ਰਬਾਕ ਖਾਨੇ ਭਰਪੂਰ ਰੱਖੀ ਆਪ ਬਿਨਾ ਪਲੱਗ ਤੋਂ ਖਿੱਚੀ ਜਾਂਦੇ ਹੋ ਆ ਮੇਰੀ ਕੋਠੀ ਮੇਰੀ ਘਾਹ ਕੱਟਣ ਵਾਲੀ ਮਸ਼ੀਨ ਤੂੰ ਦੱਸ ਤੂੰ ਕੌਣ ਆ ਉਹ ਬਾਈ ਗੁੱਸਾ ਨਾ ਕਰ ਇੱਕ ਗੱਲ ਦੱਸ ਇਹ ਕੋਠੀ ਰੰਧਾਵਾ ਸਾਹਿਬ ਦੀ ਹੈ ਨਹੀਂ ਨਹੀਂ ਪਰ ਬਾਹਰ ਤਾਂ ਹੀ ਲਿਖਿਆ ਜੇ ਇੰਨਾ ਹੀ ਪੜ੍ਹਿਆ ਲਿਖਿਆ ਤਾਂ ਪੁੱਛਦਾ ਕਿਉਂ ਪਿਆ ਏ ਅੱਛਾ ਅੱਛਾ ਬਾਈ ਤੂੰ ਗੁੱਸਾ ਨਾ ਕਰ ਅਤੇ ਵੈਸੇ ਤੁਸੀਂ ਕੌਣ ਮੈਂ ਇਸ ਕੋਠੀ ਦਾ ਮਾਲਕ ਮਾਲਕ ਮੇਰਾ ਮਤਲਬ ਰੰਧਾਵਾ ਸਾਹਿਬ ਦਾ ਇਕਲੌਤਾ ਨੌਕਰ ਅਮਰੂ ਤੂੰ ਹੈ ਬਾਈ ਅਮਰੂ ਇਕਲੌਤਾ ਇਨਸਾਨ ਇਸ ਕੋਠੀ 'ਚ ਰਹਿਣ ਵਾਲਾ ਇਕਲੌਤਾ ਇਨਸਾਨ ਮਾਮਾ ਹੋਰ ਮੈਂ ਇੱਥੇ ਪਿੰਡ ਵਸਾ ਲਵਾਂ ਬਾਈ ਗੁੱਸਾ ਨਾ ਕਰ ਵੈਸੇ ਗਲਤ ਹੈ ਬਾਈ ਏਡਾ ਵੱਡਾ ਘਰ ਅਤੇ ਤੂੰ ਇਕੱਲਾ ਐਸ਼ ਹੀ ਐਸ਼ ਆ ਫਿਰ ਤਾਂ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਹੜੇ ਅਖਬਾਰ ਵਾਲੇ ਨੇ ਮੇਰੀ ਐਸ਼ ਬਾਰੇ ਛਾਪਤਾ ਜਿਹੜਾ ਹਰ ਇਨਸਾਨ ਮੇਰੀ ਐਸ਼ ਦੇ ਮਗਰ ਪਿਆ ਕਿਉਂ ਤਨਖਾਹ ਘੱਟ ਮਿਲਦੀ ਹੈ ਉਹ ਕਾਹਦੀ ਤਨਖਾਹ ਜਿੰਨੀ ਰੰਧਾਵਾ ਸਾਹਿਬ ਤਨਖਾਹ ਦਿੰਦੇ ਰੋਟੀ ਮਸਾਂ ਚੱਲਦੀ ਆ ਅਤੇ ਕੋਈ ਨਹੀਂ ਅਸੀਂ ਆ ਗਏ ਨਾ ਐਸ਼ ਕਰਾਉਣ ਨੂੰ ਬਸ ਇੱਕ ਕੰਮ ਕਰ ਦੇ ਮੇਰਾ ਮੈਂ ਸਮਝਿਆ ਨਹੀਂ ਉਰਿਆ ਮੈਂ ਤੇਰੀ ਐਸ਼ ਦਾ ਧਿਆਨ ਰੱਖਦਾ ਅੱਛਾ ਅਤੇ ਤੂੰ ਮੇਰੀ ਐਸ਼ ਦਾ ਧਿਆਨ ਰੱਖ ਉਹ ਬਾਈ ਮੈਂ ਇੱਦਾਂ ਦਾ ਇਨਸਾਨ ਨਹੀਂ ਹੈਗਾ ਉਹ ਪੈਸਿਆਂ ਨਾਲੋਂ ਮੈਨੂੰ ਇੱਜ਼ਤ ਪਿਆਰੀ ਆ ਬਾਈ ਤੂੰ ਗਲਤ ਲੈ ਗਿਆ ਗੱਲ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਤੂੰ ਇਕੱਲਾ ਇਸ ਕੋਠੀ 'ਚ ਰਹਿੰਦਾ ਕੱਲ੍ਹ ਤੋਂ ਇਸ ਕੋਠੀ 'ਚ ਤੇਰੇ ਨਾਂ ਨਾਲ ਰੰਧਾਵੇ ਦਾ ਨਕਲੀ ਮੁੰਡਾ ਮੈਨੂੰ ਵੀ ਰਹੂੰਗਾ ਉਹ ਕਿੱਦਾਂ ਮੈਂ ਸਮਝਾਉਂਦਾ
ਹੁਣ ਕੱਲ ਤੋਂ ਇੱਥੇ ਰਹੂ ਰੰਧਾਵੇ ਦਾ ਨਕਲੀ ਮੁੰਡਾ ਮੰਨੂ ਚੱਲ ਹੁਣ ਚੱਲਦਾ ਮੈਂ ਚੱਲ ਨਾਲੇ ਕਦੀ ਪਿੰਡੂ ਗੱਲ ਠੀਕ ਨਹੀਂ ਨਿੱਕੀ ਬਾਜ਼ ਦੇਖਿਆ ਨਹੀਂ ਵੀਰ ਜੀ ਮੈਂ ਤਾਂ ਨਹੀਂ ਦੇਖਿਆ ਪਤਾ ਨਹੀਂ ਕਿੱਥੇ ਰੱਖਤਾ ਤੇ ਨਾਲੇ ਅੱਜ ਘਰ 'ਚ ਬੜੀ ਸ਼ਾਂਤੀ ਹੈ ਕਿੱਧਰ ਗਏ ਵੀਰਾ ਭਾਬੀ ਵੀਰ ਜੀ ਤੇ ਭਾਬੀ ਪਿੰਡ ਗਏ ਨੇ ਆਪਣੇ ਕਿਸੇ ਦੋਸਤ ਨੂੰ ਮਿਲਣ ਅੱਛਾ ਛੋਟੇ ਵੀਰ ਨੂੰ ਦੇਣ ਲਈ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਆਪ ਘੁੰਮਦੇ ਫਿਰਦੇ ਨੇ ਇਹ ਪੈਸੇ ਪੈਸੇ ਤਾਂ ਵੀਰ ਜੀ ਘਰੇ ਪਏ ਨੇ ਉਹ ਵੀ ਪੂਰੇ 50 ਲੱਖ ਕੀ ਗੱਲ ਕਰ ਰਹੀ ਹੈ ਤੂੰ 50 ਲੱਖ ਰੁਪਏ ਉਹ ਵੀ ਆਪਣੇ ਘਰ ਹਾਂਜੀ ਵੀਰ ਜੀ ਸੱਚੀ ਕਹਿਣੀ ਹੈ ਹਾਂਜੀ ਅੱਛਾ ਹਟ ਜਾ 50 ਲੱਖ ਰੱਖੀ ਫਿਰਦੇ ਉਹ ਤੂੰ ਦੇਖ ਫਿਰ ਛੇਤੀ ਕਰ ਬਸ ਨਿਕਲ ਜਾਣੀ ਹੈ ਇੱਕ ਮਿੰਟ ਘਰੋਂ ਨਿਕਲੇ ਨਹੀਂ ਜੋਗੇ ਦਾ ਫੋਨ ਭਈਆ ਚੰਗੀ ਗੱਲ ਹੈ ਘਰੇ ਤੂੰ 50 ਲੱਖ ਰੁਪਏ ਰੱਖੀ ਫਿਰਦਾ ਤੇ ਮੈਨੂੰ ਕਹਿੰਦਾ ਪੈਸੇ ਨਹੀਂ ਹੈਗੇ ਘਰੇ ਪੈਸੇ ਇਹਨੂੰ ਤੂੰ ਦੱਸਿਆ ਨਹੀਂ ਦੱਸਿਆ ਉਹਨੂੰ ਛੱਡ ਤੂੰ ਕੰਮ ਦੀ ਗੱਲ ਕਰ ਪੈਸੇ ਚਾਹੀਦੇ ਆ ਮੈਨੂੰ ਇਹ ਦੱਸੋ ਕਦੋਂ ਦੇਣੇ ਆ ਦੇਣੇ ਵੀ ਹੈ ਕਿ ਨਹੀਂ ਉਹ ਕੋਈ ਪੈਸੇ ਨਹੀਂ ਦੇਣੇ ਮੈਂ ਫਿਰ ਮੈਂ ਕਿਹਦੇ ਕੋਲੋਂ ਮੰਗਾ ਪੈਸੇ ਉਹ ਚੋਰੀ ਕਰ ਡਾਕਾ ਮਾਰ ਤੇਰਾ ਵਕੀਲ ਮੈਂ ਅਰੇਂਜ ਕਰਾ ਦੂੰ ਤੁਸੀਂ ਚੋਗੇ ਨੂੰ ਇੰਨਾ ਵੀ ਤੰਗ ਨਹੀਂ ਕਿਹਾ ਕਰੋ ਕਿ ਉਹ ਸੱਚਮੁੱਚ ਚੋਰੀ ਨਾ ਕਰ ਲਵੇ ਉਹ ਕੁਝ ਨਹੀਂ ਕਰਨਾ ਉਹਨੇ ਪਤਾ ਹੈ ਮੈਨੂੰ ਚੱਲ ਚੱਲੀਏ ਲੇਟ ਹੁੰਦੇ ਪਏ ਆ ਚੋਰੀ ਕਰ ਡਾਕਾ ਮਾਰ ਸ਼ਦਾਈਆਂ ਮੈਂ ਉੱਥੇ ਚੋਰੀ ਕਰ ਹੈ ਨਾਲੇ ਜੇ ਘਰੇ 50 ਲੱਖ ਆਪਣੇ ਹੀ ਪਏ ਆ ਹੋਰ ਕਿਤੇ ਚੋਰੀ ਕਾਹਤੋਂ ਕਰਨੀ ਆ ਹੀਰੇ ਅੱਖ ਦੀ ਵੇ ਜੋਗੀਆ ਵੇ ਝੂਠ ਬੋਲੇ ਵੇਖੀ ਵੀਰਾ ਹੀਰ ਦੀਆਂ ਫੋਟੋਆਂ ਵੇਖ ਵੇਖ ਗਾਣੇ ਗਾਈ ਜਾਂਦਾ ਜੇ ਕਹੇ ਤਾਂ ਚੱਕਰੀ ਹੈ ਲਵਲੀ ਨੂੰ ਸ਼ਹਿਰ ਤੋਂ ਉਹ ਨਾ ਨਾ ਬਾਈ ਜੀ ਜੇ ਇਹੀ ਸਭ ਕੁਝ ਕਰਨਾ ਹੁੰਦਾ ਤਾਂ ਮੈਂ ਲਵਲੀ ਨੂੰ ਜਾਣ ਹੀ ਨਹੀਂ ਦੇਣਾ ਸੀ ਮੈਂ ਤਾਂ ਚਾਹੁੰਦਾ ਹੈ ਕਿ ਲਵਲੀ ਜਦੋਂ ਸੋਹਣੀ ਜਿਹੀ ਸਮਾਈਲ ਦੇ ਨਾਲ ਪਿੰਡ 'ਚ ਆਵੇ ਤਾਂ ਮੈਂ ਉਹਨੂੰ ਸਾਹਮਣੇ ਬਿਠਾ ਕੇ ਆਪਣੇ ਵਿਆਹ ਬਾਰੇ ਦੱਸਾਂ ਅਤੇ ਉਹ ਸੋਹਣੀ ਜਿਹੀ ਸਮਾਈਲ ਲਵਲੀ ਮੇਰੀ ਜ਼ਿੰਦਗੀ ਜਾ ਜੇ ਬਸ ਵੇਖੀ ਵੀਰਾ ਇੰਨਾ ਦਿਲ ਨਾ ਲਾ ਬੈਠੀ ਕਿ ਉਹ ਦਿਲ ਹੀ ਤੋੜ ਦੇਵੇ ਬਾਕੀ ਕੁੜੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਤੇਰੀ ਅੱਖ 'ਚ ਹੰਝੂ ਨਹੀਂ ਵੇਖ ਸਕਦਾ ਓਹੋ ਬਾਈ ਜੀ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਹੋ ਇਹ ਜਿਹੜਾ ਇਸ਼ਕ ਹੁੰਦਾ ਹੈ ਨਾ ਇਹ ਤਾਂ ਬਸ ਸਬਰ ਦਾ ਮੁਹਤਾਜ ਹੁੰਦਾ ਔਰ ਇਹ ਕਹਿਣਾ ਹੈ ਸੰਤ ਬਾਬਾ ਹੈਪੀ ਸਿੰਘ ਜੀ ਦਾ ਠੀਕ ਹੈ ਵੀਰਾ ਤੂੰ ਕਰ ਹੀਰ ਨੂੰ ਯਾਦ ਤੇ ਗਾਹ ਗਾਣੇ ਆਪਾਂ ਚੱਲਦੇ ਹਾਂ ਮੇਰੀ ਸੁਣ ਗੱਲ ਰੰਧਾਵਾ ਸਾਹਿਬ ਨੇ ਤਾਂ ਮੰਨਣਾ ਨਹੀਂ ਤੂੰ ਨਾ ਭਾਬੀ ਜੀ ਨੂੰ ਕਨਵਿੰਸ ਕਰੀ ਕੀ ਕਰਨਾ ਕਨਵਿੰਸ ਵੈਰੀ ਗੁੱਡ ਇਹ ਕਰਨਾ ਕਿ ਉਹ ਪਿੰਡ ਛੱਡ ਕੇ ਸ਼ਹਿਰ ਆ ਕੇ ਰਹਿਣ ਪਤਾ ਹੀ ਗੱਲ ਹੈ ਜੇ ਉਹ ਨਾ ਆਏ ਨਾ ਸਾਡਾ ਤਾਂ ਸਾਰਾ ਖਰਚਾ ਇੰਨੇ 'ਚ ਲੰਘ ਜਾਣਾ ਪਿੰਡ ਦੇ ਆਉਣ ਜਾਣ ਦੇ ਚੱਕਰਾਂ ਵਿੱਚ ਹਾਂ ਹਾਂ ਸਮਝ ਗਈ ਹਾਂ ਵੈਰੀ ਗੁੱਡ ਓਏ ਆ ਗਿਆ ਵੀ ਕਰਨਵੀਰ ਸਿੰਘ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ 2 ਵਜੇ ਆਉਣਾ ਸੀ ਤੂੰ ਦੁਪਹਿਰੇ ਤੇ ਰਾਤ ਪਾ ਕੇ ਆ ਗਿਆ ਉਹ ਬੱਸ ਦੇ ਧੱਕੇ ਤੁਹਾਨੂੰ ਪਤਾ ਹੀ ਹੈ ਬੱਸ 'ਚ ਧੱਕੇ ਕਿਉਂ ਖਾਣਾ ਤੂੰ ਗੱਡੀ ਨੂੰ ਹਵਾ ਵਾ ਲਵਾਇਆ ਕਰ ਉਹ ਪੈਟਰੋਲ ਦੇ ਭਾਅ ਵਧੀ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਪਤਾ ਮੈਨੂੰ ਪੈਟਰੋਲ ਦਾ ਤੇ ਤੇਰਾ ਵੀ ਬੈਠੋ ਬੈਠੋ ਭਾਬੀ ਜੀ ਕਿੱਥੇ ਨੇ ਭਾਬੀ ਜੀ ਕਿਚਨ 'ਚ ਬਿਜ਼ੀ ਨੇ ਮੈਂ ਉਹਨਾਂ ਦੀ ਹੈਲਪ ਕਰ ਦੇਣੀ ਆ ਦਾਵਾ ਸਾਹਿਬ ਮੇਰੀ ਗੱਲ ਮੰਨੋ ਤੇ ਤੁਸੀਂ ਵੀ ਸ਼ਹਿਰ ਆ ਕੇ ਰਹੋ ਜਿਹੜਾ ਤੁਹਾਡਾ ਖਰਚਾ ਕੰਪਨੀ ਕਰਦੀ ਹੈ ਨਾ ਆਉਣ ਜਾਣ ਦੇ ਚੱਕਰਾਂ ਵਿੱਚ ਉਹ ਬਚੇਗਾ ਇੱਕ ਗੋਟੀ ਹੋਰ ਖੜੀ ਹੋ ਜਾਊ ਗੱਲ ਸੁਣ ਮੇਰੀ ਕਰਮਵੀਰ ਸਿੰਘ ਜੇ ਤੂੰ ਇਹ ਸ਼ਹਿਰ ਜਾ ਕੇ ਰਹਿਣ ਵਾਲਾ ਘਟੀਆ ਗਾਣਾ ਮੇਰੀ ਜਨਾਨੀ ਦੇ ਸਾਹਮਣੇ ਗਾਇਆ ਨਾ ਤੇ ਕੰਪਨੀ ਦਾ ਤੇ ਪਤਾ ਨਹੀਂ ਜਿਹੜਾ ਖਰਚਾ ਘੱਟ ਹੋਣਾ ਕਿ ਨਹੀਂ ਹੋਣਾ ਪਰ ਕੰਪਨੀ ਵੱਲੋਂ ਜਿਹੜਾ ਤੈਨੂੰ ਖਰਚ ਪਾਣੀ ਮਿਲਦਾ ਨਾ ਉਹਦੇ ਤੇ ਮੈਂ ਵੱਡਾ ਕਾਂਟਾ ਮਾਰ ਸਮਝੇ ਸਮਝ ਗਿਆ ਜੀ ਤੇਰੀ ਸਮਝਦਾਰੀ ਛੋਟੀ ਹੈ ਇਹਨੂੰ ਵੱਡਿਆ ਕਰ ਨਾਲ ਇੱਕ ਮੇਰੀ ਗੱਲ ਹੋਰ ਸੁਣ ਇਹ ਜਨਾਨੀ ਤੇਰੀ ਜਿਹੜੀ ਆ ਕਸੂਤੇ ਜੇ ਕੱਪੜੇ ਪਾ ਕੇ ਵੱਖਰੇ ਰੰਗ ਦਾ ਖਰਬੂਜਾ ਬਣੀ ਰਹਿੰਦੀ ਹੈ ਨਾ ਉਹ ਨਾ ਹੋਵੇ ਮੇਰੇ ਘਰ ਦੇ ਖਰਬੂਜੇ ਤੇ ਵੀ ਆਪਣਾ ਰੰਗ ਚਾੜ ਦੇਵੇ ਰੰਧਾਵਾ ਸਾਹਿਬ ਫੈਸ਼ਨ ਅੱਜ ਕੱਲ੍ਹ ਦੇ ਜਾਣ ਦੋ ਤੁਸੀਂ ਵੀ ਨਾ ਉਹ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਗਰਮ ਗਰਮ ਚਾਹ ਪੀਓ ਉਹ ਕੀ ਬਾਤ ਹੈ ਕੀ ਬਾਤ ਹੈ ਲਵਲੀ ਭਾਬੀ ਜੀ ਤੁਸੀਂ ਕੱਲ੍ਹ ਇਸ ਪਿੰਡ ਵਿੱਚ ਰਹਿੰਦੇ ਹੋ ਸ਼ਹਿਰ ਵਿੱਚ ਇੰਨੀ ਵੱਡੀ ਕੋਠੀ ਹੈ ਨਾਲੇ ਅਸੀਂ ਵੀ ਤਾਂ ਉੱਥੇ ਹੀ ਹਾਂ ਤੁਸੀਂ ਸ਼ਹਿਰ ਕਿਉਂ ਨਹੀਂ ਆ ਜਾਂਦੇ ਹੋ ਬਲਕਿ ਕਰਨ ਜੀ ਵੀ ਮੈਨੂੰ ਇਹ ਹੀ ਗੱਲ ਕਹਿ ਰਹੇ ਸੀ ਕਿ ਰੰਧਾਵੇ ਜੀ ਅਤੇ ਉਹਨਾਂ ਦੀ ਵਾਈਫ ਨੂੰ ਸ਼ਹਿਰ ਵਿੱਚ ਆ ਕੇ ਰਹਿਣਾ ਚਾਹੀਦਾ ਹੈ ਲਓ ਜੀ ਆ ਸੁਣ ਲਿਆ ਮੈਂ ਤਾਂ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਈ ਹਾਂ ਕਿ ਮੈਂ ਵੀ ਸ਼ਹਿਰ 'ਚ ਰਹਿਣਾ ਚਾਹੁੰਦੀ ਹਾਂ ਵਿਆਹ ਤੋਂ ਪਹਿਲਾਂ ਆਪ ਤਾਂ ਸ਼ਹਿਰ 'ਚ ਰਹਿੰਦੇ ਸੀ ਪਰ ਸਾਨੂੰ ਦੇਖੋ ਅਸੀਂ ਤਾਂ ਵੀ ਹੁਣ ਇੱਥੇ ਹੀ ਜੰਮੇ ਹਾਂ ਅਤੇ ਹਾਏ ਓਏ ਹੁਣ ਪਿੰਡ ਜੋਗੀ ਰਹਿ ਜਾਣਾ ਚੰਗਾ ਨਾਮ ਸਾਹਿਬ ਚਾਹ ਬਹੁਤ ਸਵਾਦ ਸੀ ਫੇਰ ਮਿਲਾਂਗੇ ਚਲ ਚਲੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਲਦੀ ਸ਼ਹਿਰ ਆਇਓ ਆ ਦੇਖ ਲਿਆ ਹੁਣ ਤਾਂ ਬਾਹਰ ਵਾਲੇ ਵੀ ਮੇਰੇ ਸ਼ਹਿਰ ਜਾਣ ਦਾ ਦੁੱਖ ਸਮਝਣ ਲੱਗ ਪਏ ਆ
अपने ही है जेड़े हले तक ना कलेजे दे सप बन के बैठे है, मेरे सपने नहीं पूरे होन दिंदे। एक ही पंगा पा के चला गया, जे मैं हुण लवली नूं शहर लैके ना गया इन्हें ना मैनूं जीण देना ना अपने आप नूं, हुण तां जीओ ते जीण दिओ दे सिद्धांत ही काम करना पैना। लवली जा जी ले अपनी जिंदगी। वैसे तां गल सुननी नहीं, सुनी भी तां उत्थे जिथे बोलनी नहीं सी। की मतलब? लो वीर जी मुंह मिठा करो। मिठा किस खुशी च? वीर जी चोरी हो गई है। चोरी? तेनू क्या सी बस च ना बोल, 50 लाख हो गई ना चोरी। वीर जी मेरी गल ते सुनो, चोरी साडे घर नहीं गवांडियां दे घर होई है। ए लो फड़ो मिठा ते दो इनारे सवालां दे जवाब। चलो होया तां माड़ा ही है, पर चलो पर मिठाई किस खुशी विच? जोगा इलेक्ट्रॉनिक्स खुलण दी खुशी दे विच। यार ओरी हुण बेलण जोगे नहीं रहे हैगे, बिजनेस मैन बन गए समझे? ए मूत बिजनेसमैन, तेरे पैसे मैं दिंदा नहीं, पर तू कमला क्यों है फिरदा है? तेनू कौन दे गया पैसे? तुसी मैनू पैसे तां देने नहीं सीगे, पर जिंदगी विच इक चज दी सलाह जरूर देती अपने छोटे वीर नू घर विच चोरी करन दी। ते हुण मित्र ने अपने ही घर विच हिक दी जोर ते चोरी करके बिजनेस खोलिया। बिरे बिजनेस ब्रा, तुम्मी तू बाहर जा। ओ देखी जा हुण नजारे लुट दे जोगा इलेक्ट्रॉनिक। अपने फ्लैट का रेंट भी कढ लिया, गड्डी भी ला ली आपां, पैं पैं तुसीं लो नजारे अपने घर दे। तेरे वीर जी नूं पता लग गया ना, ते ना उन्होंने तेनू छड्डना ते ना उस मुंडे नूं। भाभी मैं किसी होर नाल विआह नहीं करा सकदी, मनु बहुत चंगा मुंडा है। ओ केड़ा मुंडा चंगा लगन लग गया मेरी भैण नूं? सत श्री अकाल मास्टर जी। सत श्री अकाल बेटा। जसरीन गगन लैके अंदर जा। हाँ जी चलो बेटा। केड़ा मुंडा हो? वीर जी मनु नाम है उहदा। मेरे बारे पता उहनूं? जी वीर जी। मेरे बारे पता होण दे बावजूद भी जिहड़ा मुंडा तेनू चाहुंदा है कोई गल तां है उहदे च? किहदा मुंडा? जी और रंधावे दा मुंडा वीर जी। ओ जेड़ा गोविंद वैली च रहंदा है? जी वीर जी। अच्छा अपने वीर नाल ही मिलाएंगे फिर उस मुंडे नूं? मैं कल घरे बुला लवा। तैं ओदे घरे जाना, ओने साडे घरे नहीं आना। कह दी ओनू कि कल आ रहा ओदे घरे मैं। ओए किथे रंधावे दा मुंडा? सत श्री अकाल भाजी जी आया नूं। हरगुण दा भरा राजवीर भाजी? की गल शक है कोई? नहीं नहीं भाजी पैरी पन्ने भाजी। ਤੂੰ ਰੰਧਾਵੇ ਦਾ ਮੁੰਡਾ? ਹਾਂਜੀ ਹਾਂਜੀ ਭਾਅ ਜੀ ਇਹ ਰੰਧਾਵਾ ਸਾਹਿਬ ਦਾ ਮੁੰਡਾ। ਪੱਕੀ ਗੱਲ ਓਏ? ਹਾਂਜੀ ਆਪਣੀ ਕੋਠੀ 'ਚ ਤਾਂ ਖੜਾ ਹੈ ਉਹ, ਇਹੀ ਆ ਰੰਧਾਵੇ ਦਾ ਮੁੰਡਾ। ਤੂੰ ਮੇਰੀ ਭੈਣ ਨੂੰ ਪਿਆਰ ਕਰਦਾ ਓਏ? ਹਾਂਜੀ ਭਾਅ ਜੀ। ਤੈਨੂੰ ਮੇਰੇ ਬਾਰੇ ਪਤਾ? ਭਾਅ ਜੀ ਪਤਾ ਤਾਂ ਹੈ ਪਰ ਕੀ ਕਰੀਏ, ਪਿਆਰ 'ਚ ਬੰਦਾ ਡਰ ਡੁਰ ਸਭ ਭੁੱਲ ਜਾਂਦਾ। ਚੱਲ ਬੁਲਾ ਆਪਣੇ ਪਿਓ ਨੂੰ ਫਿਰ। ਪਿਓ ਨੂੰ? ਪਿਓ ਨੂੰ ਕਿਉਂ ਭਾਅ ਜੀ? ਕੀ ਗੱਲ, ਰਿਸ਼ਤੇ ਦੀ ਗੱਲ ਨਹੀਂ ਕਰਨੀ ਤੇ ਨਾਲ? ਉਹ ਮੇਰੇ ਪਿਓ ਨੂੰ ਨਹੀਂ ਮੰਨਣਾ ਜੇ, ਉਹ ਤੇ ਮੇਰਾ ਵਿਆਹ ਕਿਸੇ ਵੱਡੇ ਖਾਨਦਾਨ ਦੇ ਕਰਵਾਉਣ ਚੱਕਰ 'ਚ ਹੈ। ਅਸੀਂ ਭੁੱਖੇ ਨੰਗੇ ਹੋਏ? ਨਹੀਂ ਭਾਜੀ ਤੁਸੀਂ ਭੁੱਖੇ ਨੰਗੇ ਨਹੀਂ, ਤੁਸੀਂ ਤਾਂ ਬਹੁਤ ਰੱਜੇ ਖਾਨਦਾਨ ਦੇ ਹੋ। ਤੁਸੀਂ ਭਾਜੀ ਮੇਰੀ ਗੱਲ ਮੰਨੋ, ਇੱਕ ਹਫ਼ਤੇ ਦੇ ਅੰਦਰ ਮੇਰਾ ਤੇ ਹਰਗੁਣ ਦਾ ਵਿਆਹ ਪੱਕਾ ਕਰ ਦਿਓ, ਫਿਰ ਮੇਰੇ ਬਾਪੂ ਨੇ ਆਪਣਾ ਮੰਨਣਾ ਦੇਖੀਓ। ਉਹ ਮਨਾ ਦਾ ਤੇਰੇ ਪਿਓ ਨੂੰ ਮੈਂ ਆਪੇ ਲਊਂ, ਵੱਡੇ ਵੱਡੇ ਮਨਾਏ ਮੈਂ। ਹਾਂ ਭਾਜੀ ਬਸ ਇਹੀ ਇੱਕ ਛੋਟੀ ਜਿਹੀ ਉਮੀਦ ਲੈ ਕੇ ਨਾ ਮੈਂ ਸਾਰੀ ਗੇਮ ਮੈਂ ਸਭ ਕੁਛ ਕਰ ਰਿਹਾ, ਕਿਉਂਕਿ ਬਾਪੂ ਵੀ ਮੰਨੂਗਾ ਤੇ ਤੁਸੀਂ ਵੀ ਮੰਨ ਜਾਓਗੇ। ਕੀ ਮਤਲਬ? ਮੇਰਾ ਮਤਲਬ ਹੈ ਸਾਰੇ ਮੰਨ ਜਾਓਗੇ ਵਿਆਹ ਤੋਂ ਬਾਅਦ। ਤੁਸੀਂ ਬਸ ਭਾਜੀ ਜਲਦੀ ਤੋਂ ਜਲਦੀ ਵਿਆਹ ਪੱਕਾ ਕਰੋ ਤੇ ਵਿਆਹ ਦੀਆਂ ਤਿਆਰੀਆਂ ਕਰਾਓ। ਚੱਲ 10 ਦਿਨ ਬਾਅਦ ਫਿਰ ਤਿਆਰ ਰਹੀ। ਚੱਲ ਬਈ ਠੀਕ ਆ? ਹਾਂਜੀ ਭਾਜੀ ਪੱਕਾ ਭਾਜੀ। ਉਹ ਭਾਜੀ ਪੈਰੀ ਪੈਣਿਆ ਭਾਜੀ। ਚੱਲ ਚੰਗਾ ਫਿਰ ਪੱਕਾ ਭਾਜੀ। ਵਾਜੇ ਵੱਜਣਗੇ ਵਾਜੇ ਚੰਗਾ ਫਿਰ ਵੱਜਣਗੇ ਹੁਣ ਵਾਜੇ ਮਾਰਕਾ ਮੰਨੂ ਭਾਜੀ। ਹੈਲੋ ਹੈਲੋ ਲੱਗਦੇ ਆ ਗੱਲ ਸੁਣ ਮੇਰੀ ਮੈਂ ਸ਼ਹਿਰ ਆ ਰਿਹਾ ਸ਼ਹਿਰ ਸਿਰ ਮਜ਼ਾਕ ਕਰੀ ਜਾਂਦੇ ਹੋ
तेरी जनानी मेरी लवली दे दिमाग च जिहड़ा शहर जाके रहण दा कीड़ा पा के गई है ना ओहदा इलाज करवाउण लई आ रहा। पम्मी तुहानूं पता ही है बड़ी पागल जी हैगी है, छड्डो इहनूं। ओ चल चल बहुतियां सफाइयां ने दे बुढ़ी दे थल्ले लगा मामा तूं। आ चल आ जी कल टाइम ना ते उहनूं अमरू नूं भी कह दी। जोगे सियापा राती पाता 50 लाख लै गया, उत्तों पम्मी सियापे रंधावा सब घर आंदे पए है। रब्बा चक लै मैनूं। भाजी गोली ना मारियो, भाजी गोली ना मारियो, मेरे तो गलती होगी भाजी, मेरे तो गलती होगी। ये मैं सब फर्गुन ने किया, फर्गुन करके भाजी। तू की सोचा सी राजवीर नाल झूठ बोल के तू बचेगा? कदे भी नहीं। मैं जींदा ही हाँ यार, अज जो तो राजवीर ने मेरा विआह हरगुन ना पक्का किया, वो तो सपने का हरगुन घट राजवीर भाई ज़्यादा होंगे, वो भी कालिया रातों काले सपने च काले कपड़े पा के काली बंदूक नाल गोलियां चलाउंदा। बाबा जी हरगुन ने एक बार विआह करा दो मेरा, हुण कोई नवा स्यापा पाइयो बाबा जी। हायो रब्बा पै गया स्यापा, हुण वजू अमरू दा डमरू। ओ कौन वजाऊ तेरा डमरू, कल ही होई जाना। हुण जो तेनू मैं दसना सुन के तू भी रोवेगा। ओ कमलियां गल्लां ना कर, साफ साफ दस गल की है। तेरा प्यो कल शहर आ रहा। ओए मेरे प्यो नू मरे ना कई साल हो गए है। ओए ओ नहीं, तेरा नकली प्यो रंधावा कल शहर आ रहा। रंधावा शहर आ रहा? हाँ कल रंधावा, ओही जो तू सुन रहा। ओ हुण मैं की करूं? हुण तां इको तरीका, मेरी एक गल मन। हाँ थोड़े दिन साइड ते हो जा। तेरा मतलब है लुक जावा? हाँ हाँ लुक जा, क्योंकि रंधावे ने ज्यादा दिन शहर नहीं टिकना। वाह बाबा जी, पहले एक जमदूत राजवीर मगर लगा सी, हुण रंधावा भी आ गया। ले मनू पुत ला कोई जुगाड़ लुकन दा, चल चंगा मैं चलना। ठीक है जी, मेरा रंधावा पिंड मुड़े ना, मैनू फोन करके दस। चंगा मैं करदा फोन। चल चंगा चंगा। सत श्री अकाल रंधावा साहब। आ जा भी जटिए मजाजा पटिए, ਆ ਵੀ ਰੱਬ ਸੱਚਾ ਕਰੇ ਖੈਰ ਲੈਣ ਦਾ ਤੈਨੂੰ ਰੰਧਾਵੇ ਨੇ ਸ਼ਹਿਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ। ਸਤਿ ਸ਼੍ਰੀ ਅਕਾਲ, ਬੜੇ ਫੁੱਲ ਫਲ ਚੁੱਕਿਆ ਵੀ ਇਹ ਉਹ ਦੂਜਿਆਂ ਕੇ ਪਲਾਸਟਿਕ ਦੇ ਆ? ਤੁਹਾਡੇ ਆਪਣੇ ਬਾਗਾਂ ਦੀ ਹੈ ਜੀ, ਤੁਹਾਨੂੰ ਇੱਥੇ ਦੇਖ ਕੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ। ਸਭ ਜਾਣਦਾ ਮੈਂ ਜਿਹੜਾ ਤੇਰਾ ਵੱਖੀਆਂ ਥਾਣੀ ਹਾਸਾ ਨਿਕਲਦਾ ਹੈ ਨਾ। ਉਹ ਤੁਸੀਂ ਆਉਂਦੇ ਸ਼ੁਰੂ ਹੋ ਗਏ ਹੋ, ਪਹਿਲਾਂ ਅੰਦਰ ਚੱਲੋ ਫਿਰ ਗੱਲਾਂ ਕਰ ਲਿਓ ਜਿਹੜੀਆਂ। ਉਹ ਚਲੇ ਜਾਂਦੇ ਆ ਬੰਦਿਆਂ ਨੂੰ ਤਾਂ ਮਿਲ ਲਈਏ, ਹੋਰ ਹੋਏ ਅਮਰੂ ਪੈਰੀ ਪੈਰੇ ਰੰਧਾਵਾ ਸਾਹਿਬ ਜੀ। ਓਏ ਤੂੰ ਉਰੇ ਆਖਾਂ, ਓਏ ਤੂੰ ਆ ਕੀ ਕੱਛਾ ਮੰਨਾ ਜਾਂ ਕਢਾ ਕੇ ਬਣਿਆ ਡਮਰੂ, ਖਿਆਲ ਰੱਖੀ ਤੈਨੂੰ ਕੋਈ ਵਜਾ ਨਾ ਦੇਵੇ। ਉਹ ਜੀ ਤੁਹਾਡੇ ਆਪਣੇ ਕੋਲ ਹੀ ਤਾਂ ਹੈਗਾ, ਜਦੋਂ ਮਰਜ਼ੀ ਜਾਈ ਜਾਓ। ਇਹ ਨਾ ਤੇ ਮੈਨੂੰ ਪਤਾ ਨਹੀਂ, ਪਰ ਤੂੰ ਜਿਹੜੀ ਕੜੀ ਪਿੰਡ ਘੋਲ ਕੇ ਆਇਆ ਨਾ, ਤੇਰੇ ਵਾਲਾ ਡਮਰੂ ਮੈਂ ਜ਼ਰੂਰ ਵਜਾਉਂ, ਤੇ ਵਜਾਉਂ ਵੀ ਐਸਾ ਬਈ ਮੁੜ ਕੇ ਵੱਜਣ ਜੋਗਾ ਨਹੀਂ ਰਹੇਗਾ। ਅੰਦਰ ਚੱਲੋ ਪਹਿਲਾਂ। ਓ ਚਲੋ ਬਈ ਚੱਲਦੇ ਆ ਅੰਦਰ, ਆ ਜਾਓ ਆ ਜਾ ਬਈ ਡਮਰੂ। ਸਤਿ ਸ਼੍ਰੀ ਅਕਾਲ। ਆ ਮਨੂ ਬੋਲ, ਕੀ ਕਿਹਾ? 20 ਦਿਨ ਦਿਨ ਥੋੜੇ ਧਿਆਨ ਨਾਲ ਗਿਣਾ, ਥੋੜਾ ਦੇਖ ਕੇ ਬੋਲੋ, ਘਰ ਦਾ ਹੋਣ ਵਾਲਾ ਜਵਾਈ ਹੈ, ਆਰਾਮ ਨਾਲ। 10 ਦਿਨ ਬਾਅਦ ਤੇਰਾ ਵਿਆਹ ਰੱਖਿਆ ਹੋਇਆ, ਚੱਲ ਠੀਕ ਆ, ਜਿਹੜੇ ਵੀ ਤੇਰੇ ਜ਼ਰੂਰੀ ਕੰਮ ਹੈਗੇ ਆ ਨਾ ਉਹ ਜਲਦੀ ਖਤਮ ਕਰਕੇ ਵਾਪਸ ਆ, ਪਰ ਇੱਕ ਗੱਲ ਸੋਚ ਲਈ, ਸਭ ਤੋਂ ਜ਼ਰੂਰੀ ਕੰਮ ਤੇਰੀ ਜ਼ਿੰਦਗੀ ਦਾ ਇਹੀ ਆ। ਤੂੰ ਮੈਨੂੰ ਫੋਨ ਬੰਦ ਹੋਣ ਤੋਂ ਬਾਅਦ ਨਹੀਂ ਸਮਝਾ ਸਕਦੀ ਸੀ? ਵੱਡੀ ਸਿਆਣੀ, ਸਮਝਾ ਤਾਂ ਮੈਂ ਵਿਆਹ ਵਾਲੇ ਦਿਨ ਤੋਂ ਹੀ ਰਹੀ ਹਾਂ। ਮਜ਼ਾ ਆ ਗਿਆ ਬਈ, ਮਜ਼ਾ ਵਾਕਿਆ ਬਈ, ਨਵੀਂ ਚੀਜ਼ ਦਾ ਫਿਰ ਆਪਣਾ ਹੀ ਆਨੰਦ ਹੁੰਦਾ। ਕਿਉਂ ਲਵਲੀ ਡਾਰਲਿੰਗ, ਠੀਕ ਕਹਿ ਰਿਹਾ ਨਾ ਮੈਂ? ਹਾਂ ਕਹਿ ਕਿ ਤੁਸੀਂ ਠੀਕ ਹੀ ਰਹੇ ਹੋ। ਮੈਂ ਦੇਖਦੀ ਪਈ ਹਾਂ ਜਦੋਂ ਦੇ ਤੁਸੀਂ ਆ ਸ਼ਹਿਰ ਆਏ ਹੋ ਨਾ, ਆ ਨਵੀਆਂ ਚੀਜ਼ਾਂ ਵੱਲ ਕੁਛ ਜ਼ਿਆਦਾ ਧਿਆਨ ਦੇਣ ਲੱਗ ਪਏ ਹੋ। ਓ ਲਵਲੀ ਡਾਰਲਿੰਗ, ਨਵੀਂ ਚੀਜ਼ ਤਾਂ ਫਿਰ ਨਵੀਂ ਹੁੰਦੀ ਹੈ ਨਾ, ਧਰਨਾ ਮੇਰਾ ਜੀ ਕਰਦਾ ਵੀ ਮੈਂ ਘਰ ਦੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨਾ ਇੱਕ ਇੱਕ ਕਰਕੇ ਨਾ ਬਦਲ ਦਿਆਂ ਤੇ ਸਾਰੀਆਂ ਨਵੀਆਂ ਲੈ ਆਵਾਂ, ਨਵੀਆਂ ਨਕੋਰ। ਸਭ ਸਮਝਦੀ ਹਾਂ ਮੈਂ ਜੋ ਤੁਸੀਂ ਸਮਝਾਉਣਾ ਚਾਹੁੰਦੇ ਹੋ, ਸਾਫ ਸਾਫ ਕਿਉਂ ਨਹੀਂ ਕਹਿ ਦਿੰਦੇ? ਆ ਪਿੰਡੋ ਜਿਹੜੀ ਪਿੰਡੂ ਜਨਾਨੀ ਲਿਆਂਦੀ ਹੈ, ਹੁਣ ਇਹ ਤੋਂ ਵੀ ਦਿਲ ਭਰ ਗਿਆ ਤੁਹਾਡਾ? ਹਾਇਓ ਧਰਮਣਾ, ਤੇਰੀ ਸਮਝੀ ਵਕੇਸ਼ਨ ਹੀ ਜੀਰੋ ਆ। ਉਹ ਜੇ ਪਿੰਡ ਵਾਲੀ ਤੋਂ ਦਿਲ ਭਰ ਗਿਆ ਹੁੰਦਾ, ਇਹਨੂੰ ਸ਼ਹਿਰ ਲਿਆਉਣ ਦੀ ਕੀ ਲੋੜ ਸੀ? ਇੱਥੇ 36-70 ਫਿਰਦੀਆਂ ਘੁੰਮਣ ਫਿਰਨ, ਇਹਨੂੰ ਸਾਲੇ ਨੂੰ ਕੀ ਹੋ ਗਿਆ? ਆਲੋ ਅੱਦੇਗੀ ਤੁਹਾਡੀ ਨਵੀਂ ਚੀਜ਼ ਧੋਖਾ। ਓ ਖਲੋ ਤੇ ਜਾ, ਹੁਣ ਬਦਲ ਲਓ ਆਪਣੀਆਂ ਨਵੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਕਰਦੇ ਫਿਰਦੇ ਆ। ਬੇੜਾ ਗਰਕ, ਦਰ ਫੜੇ ਮੂੰਹ, ਲੱਖ ਲਾਂਤ
लगता फोन ही करना पैना। ना हेलो ओ जोगा इलेक्ट्रॉनिक्स तो बोल दे ओ। हाँ जी हाँ जोगा इलेक्ट्रॉनिक्स तो गल कर रहे हैं। मैं रंधावा बोलदा गोबिंद वैली तो। ओ यार आ जड़ी काले रंग दी चड़ेल साडे घरे ला के गए हो ना, ए यार ताई ताड़ी ने चीका मारनिया बंद करतिया। क्या मतलब चड़ेल? ओ यार मेरा मतलब आ जड़ा कंध ते टंगण वाला टीवी ला के गए हो। जोगा इलेक्ट्रॉनिक्स दा टीवी खराब हो गया जी? ओ गलतफहमी हो गई होनी थानू जी, आ थोड़ा की खंबा खुंबा खराब होना। ओ खंबा खुंबा कोई खराब नहीं है, तू बंदे दा पुत बन के इहनू ठीक करके जा। ठीक है ठीक है कोई चक्कर नहीं आ जाएंगे अपन। एडी कड़ी गल मैं सवेरे ही पहुंच गया थोड़े कोल। हाँ हाँ ठीक है फिर फुल स्पीड ना आके पहले ठीक करके जाओ यार। टीवी खराब हो गया, कल शोरूम खोलिया आज टीवी खराब होने लग गए। ए बीरे दी नजर लगी है पक्का है। हाँ लवली लब्बी कोई जॉब? कितने यार जद्दी आई है ना खवाना चिक वच्ची पई है। लवली तू एक काम क्यों नहीं करदी, तेरे पिंड वाले रंधावा साहब आजकल शहर आए हुए ने अपनी कोठी च रहन, तू उन्हां नाल गल कर अपनी जॉब दी, की पता तेरा काम बन जावे। हाँ यार आई थिंक तू सही कह रही है, एक्चुअली मैं सवेरे मिलदी हूं उन्हां नाल। अच्छा लवली जब तू जाएंगी मेरा एक काम कर देवेंगी? हाँ दस। तू उन्हां नूं पूछेंगी उन्होंने पिंड वापस कदों जाना है? क्यों तू कर देंगी ना प्लीज? ठीक है चल ठीक है, काफी लेट हो गया, तू भी सो जा ते मैं भी सोनी हूं। ओके गुड नाइट। गुड नाइट। लवली लवली लवली। हां जी केनु मिलना तुसी? मैम मैं रंधावा सर नु मिलना सी। ओ क्यों? जॉब दे बारे गल करनी सी। और रंधावा साहब नू ना सिर्फ घर बैठन दा शौक है, ओ नहीं करदे आज जॉबा जुबा? नहीं मैम मैं उन्हां दी जॉब दी गल नहीं कर रही हां, अपनी जॉब दी गल कर रही हां। आ पिंडो शहर आया हले दो दिन नहीं होए, आ कुड़ियां नहीं शुरू हो गईं? ए विगड़े नवाब दी रस्सी होर खोली ना तो पता नहीं कित्थे तक जाऊ। नहीं नहीं है नहीं कोई नौकरी नौकरी, जाओ तुसी। मैम मेरी गल तो सुनो तुसी, मैं तुहानू सुनदा नहीं एक वारी? जाओ तुसी मेरे को होर भी बहुत काम है करन नूं, एवें मेरा टाइम टूम ना खराब करो। तुसी एथे पहचाना जी मैनू? रिक्शा वो अपना करीना सैफ बिल्ली काली बिल्ली गुस्से विच लगदे हाले मैनू। चलो कोई नहीं जी मैनू बाद दस दो टीवी कित्थे आ? इत्थे टीवी लग सकता है गार्डन च। सही गल है यही हो रहा कितने जी? फिर कितने लगू? अंदर ही होगा जी फिर तो। जाओ फिर। ठीक है चले जाने हैं, पर मैं क्या इन्ने सोने सोने खिड़े हुए फलों में तुम कहू रुके रुके फिर जाने हो। चलो ठीक है जी कोई ना, रंधावे की कुड़ी लगती है ता ही एटीट्यूड दिखाई जाती है। चल भाई आप पैसे भी खर्चे स्वाद भी नहीं आया। सत श्री अकाल जी। हाँ भी तू? मैं जी जोगा इलेक्ट्रॉनिक्स हो जी मैं। अच्छा अच्छा तैनू उड़ीक रहे। हाँ जी हाँ। हस ले इनू ठीक करो। और प्यो दा पता मैनू कदे चाइना दा माल तो नहीं टिकाता? ओ ना जी ना चाइना दा माल वी साडी शॉप ते सवाल ही नहीं उठदा जी। ओ नाले ओ कहंदे हुंदे आ ना कि पिज़्ज़ा दी हट ते कदे बर्फी मिल सकदी आ, एवें जोगा इलेक्ट्रॉनिक्स दी दुकान ते कदे जाली समान कदे वी नहीं जी, स्टैंडर्ड दा रखीदा जमा एक नंबर। ਧਰਮ ਨਾਲ ਬਹੁਤ ਬੋਲਦਾ ਤੇਰਾ ਮੂੰਹ ਨਹੀਂ ਥੱਕਦਾ ਹੈ, ਆਪਣੀਆਂ ਤਾਰੀਫਾਂ ਘੱਟ ਕਰ ਤੇ ਇਹਨੂੰ ਠੀਕ ਕਰ। ਉਹ ਆਹ ਲਓ ਜੀ ਆਹ ਆਹ ਨਾ ਬਸ ਸੈਟਿੰਗਾਂ ਜੀ ਹਿੱਲੀਆਂ ਹੋਈਆਂ ਸੀ। ਸੈਟਿੰਗ ਕੀ ਮਤਲਬ ਹੈ, ਕਿਹੋ ਜਿਹੀਆਂ ਗੱਲਾਂ ਕਰਦਾ ਤੂੰ? ਸਾਡੇ ਘਰ ਅੱਗੇ ਪਿੱਠ ਸਿਆਪਾ ਪਿਆ ਹੋਇਆ। ਉਹ ਘਰ ਦੀ ਨਹੀਂ ਜੀ ਟੀਵੀ ਦੀ ਸੈਟਿੰਗ ਦੀ ਗੱਲ ਕਰਦਾ ਮੈਂ। ਇਹ ਆਹ ਲਓ ਆਹ ਠੀਕ ਹੋ ਗਈਆਂ, ਤੇ ਬਾਕੀ ਜੇ ਫਿਰ ਵੀ ਕਦੇ ਪ੍ਰੋਬਲਮ ਆਈ ਨਾ ਬੰਦਾ ਹਾਜ਼ਰ ਆ ਜੀ 24 ਘੰਟੇ। ਮਤਲਬ ਫਿਰ ਖਰਾਬ ਹੋ? ਤੁਸੀਂ ਮੈਨੂੰ ਲੱਗਦਾ CID ਬਹੁਤ ਦੇਖਦੇ ਹੋ ਜੀ, ਤੁਸੀਂ ਲਾਫਟਰ ਲੁਫਟਰ ਵਾਲੇ ਸ਼ੋਅ ਦੇਖਿਆ ਕਰੋ, ਬਟਨ ਬਟਨ ਦਬਾਓ ਅੱਗੇ ਆ ਜਾਣਾ ਲਾਫਟਰ ਨੇ ਵੀ। ਮੈਂ ਚੱਲਦਾ। ਚੱਲ ਠੀਕ ਆ। ਇਹਦੇ ਰੰਗ ਜੇ ਇਹ ਬੰਦਾ ਮੈਨੂੰ ਸ਼ਾਤਰੀ ਲੱਗਦਾ ਤਾਂ ਯਕੀਨ ਲੱਗਦਾ ਮੈਨੂੰ, ਇਹਦੇ ਰੰਗ ਜੇ ਕਿੱਥੋਂ ਇਹ ਤਾਂ ਦੱਸ ਨਹੀਂ ਗਿਆ। ਓਏ ਓ ਗੱਲ ਸੁਣ, ਮੈਂ ਫਾਈਲ ਭੁੱਲ ਆਈ,
कौन? तुसी आ गए जी? थोड़ा टीवी ठीक करता जी अपा। ता फिर? फिर मैं सोचा थैंक यू तुम के सुनने मिलूंगा जी। चंगा ही सासरीकाल। ओ टीवी वाले आ, ओ किधर निकल गया ओए? रंधावा सर, सासरीकाल। सासरीकाल जी, सासरीकाल क्यों नहीं? सब मैं जॉब ले गल करनी सी। तो अनु जॉब दी की लोड है? इन्ने सोने हो, फिल्मा च काम करो, नौकरियां तो अड़ी थोड़ा बढ़िया ने। नहीं नहीं सर, मैं जॉब ही करनी सी, वो भी तो अड़ी कंपनी च। अब मेरी कंपनी तो कोई सीट मेरे ख्याल होनी नहीं खाली, हाँ कार्चिक जॉब है कि ये। हाँ हाँ सब पता मेनू, अब जड़ियाँ तुसी जॉबा वंडते फिर दे हो, अब जड़ी पेंडू जनानी ले अंदी है, इनू ही बदलना ना, एदी ही जगह खाली है ना। हर वेले लड़न दा प्रोग्राम बना लेनी है, पूरी गलता सुन लिया कर। बहुतियां ना गल्लां दे मेल लाओ सारो तुसी हुण, तुहानू क्या ना, जाओ इत्थों, है नहीं कोई नौकरी नौकरी, नाले इन्हां दा की है, जिथे किली देखी उत्थे ही कपड़े टंगने शुरू, जाओ तुसी, है नहीं कोई नौकरी नौकरी, आ जांदे है। सर तुसी शहर कद तक हो? मैं जी। हाँ हाँ ना पिंड दा एड्रेस दे दिओ, तुहानू केड़ी भाषा समझावां, इत्थे कोई नौकरी है नहीं, जाओ बीबा तुसी, आ जाओ तुसी। शक्की जनानी है शक्की, व्याह हो गया व्याह हो गया, समझो के बंदा तबाह हो गया। हाथ धो या तेरे वाली बई, आ की तरीका घर है मेहमान नाल गल करन दा। अच्छा मैनू तुहाडी मेहमान कट ते नवी चीज ज्यादा लग रही सी। की मतलब, की कहना चाहनी है तू? कहना ये चाहनी हां कि घर दी पुरानी चीजा बदलन दे नाल नाल तुसी अपनी पुरानी जनानी नू भी बदलन दी स्कीमा बना रहे हो। खराब चीजा ते ओपरियां बणावां एडी छेती पछा नहीं छड़दियां हुंदियां, हुण मेरा मुंह ना खला, जाके अपना मुंह मत्था सवार। ओ जाओ जाओ, जिन्ना तुसी नहाण तो बाद सजदे हो ना, उन्ना मैं सवेरे उठी सजी हुन्नी आ। जे किते मार्केट च दा एक्सचेंज ऑफर आ जाए ना, एक मिंट ना लावां इहनूं बदलन लग्गियां। ਤੁਸੀਂ ਇੱਥੇ, ਮਤਲਬ ਮੇਰੇ ਇਸ ਛੋਟੇ ਜਿਹੇ ਸ਼ੋਰੂਮ 'ਚ? ਮੈਂ ਆਏ। ਬੈਠੋ ਜੀ, ਬੈਠੋ ਪਲੀਜ਼। ਕਿੱਦਾਂ ਆਉਣਾ ਹੋਇਆ ਜੀ? ਇਹ ਸ਼ੋਰੂਮ ਤੁਹਾਡਾ ਹੈ? ਮੇਰਾ ਤਾਂ ਹੁਣ ਤੱਕ ਸੀਗਾ ਜੀ, ਹੁਣ ਤਾਂ ਸਭ ਕੁਝ ਤੁਹਾਡਾ ਹੀ ਆ ਜੀ। ਕਿਆ ਹੀ ਬਾਤ ਆ ਜੀ। ਐਨੀਵੇਜ਼ ਮੈਂ ਇੱਥੇ ਜੌਬ ਲਈ ਆਈ ਹਾਂ, ਮੈਂ ਕੱਲ੍ਹ ਨਿਊਜ਼ ਪੇਪਰ 'ਚ ਐਡ ਦੇਖੀ ਸੀ। ਉਹ ਕਾ ਤੋਂ ਮਜ਼ਾਕ ਕਰੀ ਜਾਂਦੇ ਹੋ ਮੈਡਮ ਤੁਸੀਂ, ਹੈ ਮਤਲਬ ਰੰਧਾਵਾ ਸਾਹਿਬ ਦੀ ਕੁੜੀ ਖੁਦ ਚੱਲ ਕੇ ਸਾਡੇ ਕੋਲ ਜੌਬ ਲੈਣ ਆਈ ਹੈ? ਉਹ ਤੁਸੀਂ ਤਾਂ ਵੱਡੇ ਤੇ ਵੱਡੇ ਸ਼ੋਰੂਮ ਖਰੀਦ ਲਓ। ਇਹ ਮੈਨੂੰ ਰੰਧਾਵੇ ਦੀ ਕੁੜੀ ਸਮਝ ਰਿਹਾ, ਪਰ ਜੌਬ ਵੀ ਜ਼ਰੂਰੀ ਹੈ। ਅਸੀਂ ਗਰੀਬ ਬੰਦੇ ਕੀ ਦੇ ਸਕਦੇ ਹਾਂ? 15,000 ਵੱਧ ਤੋਂ ਵੱਧ, 20,000 ਰੁਪਇਆ, ਇਹ ਤੋਂ ਵੱਧ ਮੈਂ ਕੀ ਦਊਂਗਾ? ਚਲੋ 22,000 ਦੇ ਦਾਂਗੇ ਖਿੱਚ ਤਾਣ ਕੇ, ਇਹ ਤੋਂ ਵੱਧ ਕੀ ਕਹਿਣਾ? ਨਹੀਂ 500 ਰੁਪਇਆ ਹੋਰ, 22,500। ਨਹੀਂ ਨਹੀਂ, ਮੈਂ ਕਦ ਤੋਂ ਜੁਆਇਨ ਕਰਾਂ? ਮਤਲਬ ਤੁਸੀਂ ਮੰਨ ਗਏ ਜੀ ਕਿ ਤੁਸੀਂ ਇੱਥੇ ਜੋਗਾ ਇਲੈਕਟ੍ਰੋਨਿਕਸ ਦੇ ਜੌਬ ਕਰੋਗੇ? ਕਿਉਂ, ਮੈਂ ਜੌਬ ਨਹੀਂ ਕਰ ਸਕਦੀ। ਨਹੀਂ ਨਹੀਂ, ਤੁਸੀਂ ਜੌਬ ਕਰ ਸਕਦੇ ਹੋ ਜੀ, ਮਤਲਬ ਇਹ ਤਾਂ ਸਾਡੇ ਸ਼ੋਰੂਮ ਦੇ ਭਾਗ ਖੁੱਲ੍ਹ ਗਏ ਜੀ, ਚਾਰ ਚੰਨ ਲੱਗ ਗਿਆ ਸਾਡੇ ਸ਼ੋਰੂਮ ਨੂੰ ਕਿ ਤੁਸੀਂ ਇੱਥੇ ਜੌਬ ਕਰੋਗੇ। ਮੈਂ ਕਦੋਂ ਤੋਂ ਜੁਆਇਨ ਕਰਾਂ? ਮੇਰੇ ਭਾਣੇ ਤਾਂ ਹੁਣ ਤੋਂ ਕਰ ਲਓ, ਅੱਜ ਤੋਂ, ਹੁਣੇ ਤੋਂ। ਕੱਲ੍ਹ ਤੋਂ? ਠੀਕ ਹੈ, ਕੋਈ ਚੱਕਰ ਨਹੀਂ ਹੈਗਾ, ਤੁਸੀਂ ਕੱਲ੍ਹ ਤੋਂ ਕਰੋ, ਪਰਸੋਂ ਤੋਂ ਕਰੋ, ਤੁਹਾਡਾ ਆਪਣਾ ਸ਼ੋਰੂਮ ਹੈ, ਜਦ ਮਰਜ਼ੀ ਆ ਜਾਓ ਜੀ। ਥੈਂਕ ਯੂ। ਆਪਣਾ ਨਾਮ ਤਾਂ ਦੱਸ ਦਿਓ। ਲਵਲੀ। ਥੈਂਕ ਯੂ ਲਵਲੀ ਜੀ, ਥੈਂਕ ਯੂ ਸੋ ਮੱਚ। ਹੁਣ ਜੌਬ ਦੇ ਚੱਕਰ 'ਚ ਇਹਨੂੰ ਰੋਜ਼ ਚੁਣਨਾ ਪੈਣਾ, ਸਟੂਪਿਡ। ਹਾਏ, ਹੁਣ ਸਵਾਦ ਆਊਗਾ ਜਦ ਵੀਰੇ ਨੂੰ ਪਤਾ ਲੱਗੂਗਾ ਨਾ ਕਿ ਵੱਡੇ ਬਿਜ਼ਨਸਮੈਨ ਰੰਧਾਵੇ ਦੀ ਕੁੜੀ ਜੋਗਾ ਇਲੈਕਟ੍ਰੋਨਿਕਸ 'ਤੇ ਕੰਮ ਕਰਦੀ ਹੈ। ਹਾਏ ਲਵਲੀ। ਜੋ ਰੱਬ ਨੇ ਕਬੂਲ ਕਰ ਲਈ
कर ली ओ मेरे लिए दुआ तू है तेरा ना लेके चल दे मेरे साथ तेरा ना लेके चल दे मेरे साथ वे जीन दी वजह तू है जो रब ने कबूल कर ली सोहनी लभ जाए ट्राई तो मैं जरूर करूंगा तू हैगी है तेनू रब ने भी नहीं रखा मोड़ दिता तेनू कुछ नहीं होया मैनू तो कुछ नहीं होया मैं तो शव आसन करती सी पर हुण तुहानू बहुत कुछ होने वाला मैं सब देख लिया मेरे मरण तो बाद जेडे तुसी खुशियां दे खंभ लाए फिरदे सी ना तुहाडियां सब अरदासां सुन लईआं पुराने जख्मां नूं क्यों छेड़दी है जे आ तेरे आसणा उसणों तो वेल मिले ना रामदेव दी चलीए ते मेरे लिए नाश्ते दा इंतजाम कर आहो हां ओए अमरू ओ मेरे लिए ठंडे पानी दा इंतजाम कर अज सवेरे सवेरे अग च हाथ पा के मेरा शरीर ही नहीं मेरा दिमाग भी तत्ता हो गया आहो पर सच्चियां गल्लां अग वांगू ही लगनी है देखियो किते अग च सड़ के सुआ ना हो जियो कर कर जिन्ने मर्जी आसन कर चल 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 अच्छा सुनो जो भी गल करनी है ना ध्यान नाल करियो बस कर बहुत सियाणी ना बन बहुत दिन हो गए मन्नू गए नू तू जा अपना काम कर जाके नाले ਮੇਰੀ ਗੱਲ ਤਾਂ ਕਦੇ ਸੁਣਨੀ ਨਹੀਂ ਉਧਰ ਥੱਲੇ ਬਾਜੀ ਤੁਸੀਂ ਜੀਪ 'ਚ ਜਾਓਗੇ ਉਹ ਥੱਲੇ ਉਧਰ ਤੂੰ ਚੱਲ ਉਧਰ ਓਏ ਬਾਜੀ ਤਾਂ ਜੀਪ 'ਚ ਉਹ ਬੰਦੇ ਨੇ ਜਦੋਂ ਕੋਈ ਫੈਂਟਣਾ ਹੁੰਦਾ ਉਹ ਕਿੱਧਰ ਚੱਲਿਆ ਮੇਰਾ ਰਾਂਝਾ ਆਪਣੀ ਹੀਰ ਨੂੰ ਲੈਣ ਚੱਲਿਆ ਜੀ ਹੀਰ ਨੂੰ ਲੈਣ ਹਾਂਜੀ ਲਵਲੀ ਨੂੰ ਤੂੰ ਲਵਲੀ ਨੂੰ ਲੈਣ ਸ਼ਹਿਰ ਚੱਲੇ ਆ ਹਾਂਜੀ ਉਹ ਕਮਲਿਆ ਉਹ ਸ਼ਹਿਰ ਜਾ ਕੇ ਗਵਾਚ ਨਾ ਜਾਈ ਗਵਾਚਿਆ ਤਾਂ ਬਾਈ ਜੀ ਮੈਂ ਇੱਥੇ ਵੀ ਪਿਆ ਲਵਲੀ ਦੇਖਿਆ ਖੜਦਾ ਨਹੀਂ ਫਿਰ ਤੂੰ ਹੈ ਮੰਨਦਾ ਨਹੀਂ ਬਸ ਜੀ ਹੁਣ ਤਾਂ ਲਵਲੀ ਨੂੰ ਲੈ ਕੇ ਐਂ ਕਰ ਫਿਰ ਜੇ ਉਹ ਆਪ ਮੰਨ ਗਈ ਤਾਂ ਫਿਰ ਠੀਕ ਹੈ ਨਹੀਂ ਤਾਂ ਇਹਦੇ ਨਾਲ ਮਨਾ ਕੇ ਉਹ ਨਾ ਇਹ ਤਾਂ ਬਾਈ ਜੀ ਤੁਹਾਡੇ ਹੱਥਾਂ 'ਚ ਚੰਗੀ ਲੱਗਦੀ ਹੈ ਦਿਲਾਂ ਦੀ ਖੇਡ ਹੈ ਨਿਪਟਾਰਾ ਵੀ ਫਿਰ ਦਿਲਾਂ ਦੇ ਨਾਲ ਹੀ ਹੋਊਗਾ ਠੀਕ ਹੈ ਪੁੱਤਰਾ ਜਾ ਫਿਰ ਕੀ ਗੱਲ ਬਾਈ ਹੈਪੀ ਨੂੰ ਕੱਲੇ ਹੀ ਭੇਜਤਾ
ਉਹ ਜੰਗ 'ਚ ਸ਼ੇਰਾਂ ਦੇ ਪੁੱਤ ਇਕੱਲੇ ਹੀ ਜਾਂਦੇ ਹੁੰਦੇ ਨੇ। ਉਹ ਰੱਬਾ ਮੇਰਿਆ, ਰੰਧਾਵਾ ਸਾਹਿਬ ਨੂੰ ਪਿੰਡ ਭੇਜ ਦੇ, ਜੇ ਇਹਦੇ ਹੁੰਦਿਆਂ ਰਾਜਵੀਰ ਇੱਥੇ ਆ ਗਿਆ ਤਾਂ ਉਹਨੇ ਮੇਰੇ ਗੋਲੀ ਮਾਰ ਦੇਣੀ ਆ। ਉਹ ਕਿਹਨੇ ਮਾਰਤੀ ਉਹ ਤੇਰੇ ਗੋਲੀ? ਰਾਜਵੀਰ ਭਾਈ, ਤੁਸੀਂ ਇੱਥੇ? ਹਾਂ, ਮੈਂ ਇੱਥੇ। ਇਹ ਦੱਸ ਮੈਨੂੰ ਕਿੱਥੇ ਆ? ਭਾਅ ਜੀ, ਮੈਨੂੰ ਨੇ ਤਾਂ 10-12 ਦਿਨ ਬਾਅਦ ਵਾਪਸ ਆਉਣਾ, ਨਾਲੇ ਰੰਧਾਵਾ ਸਾਹਿਬ ਵੀ ਘਰ ਨਹੀਂ ਹੈਗੇ। ਦੋ ਗੱਲਾਂ ਦੱਸ ਮੈਨੂੰ, ਤੂੰ ਇੰਨਾ ਘਾਬਰਿਆ ਕਾਹਤੋਂ ਹੋਇਆ ਅਤੇ ਨਾਲੇ ਇੰਨੀਆਂ ਸਫਾਈਆਂ ਕਿਉਂ ਦੇ ਰਿਹਾ? ਗੱਲ ਸੁਣ ਲਾ ਮੇਰੀ, ਦੋ ਦਿਨਾਂ ਦੇ ਵਿੱਚ ਮੈਨੂੰ ਮਨੂ ਚਾਹੀਦਾ, ਜੇ ਨਾ ਮਿਲਿਆ ਨਾ ਤਾਂ ਰੰਧਾਵੇ ਨੂੰ ਮਿਲਣ ਆ ਰਿਹਾ ਮੈਂ ਦੋ ਦਿਨ ਬਾਅਦ। ਤੁਸੀਂ ਤਾਂ ਦੋ ਗੱਲਾਂ ਕਹੀਆਂ ਸੀ, ਆਹ ਤੀਜੀ ਆ। ਓਏ, ਨੰਬਰਾਂ 'ਚ ਨਾ ਲਿਜਾ ਮੈਨੂੰ, ਗੱਲ ਸੁਣ ਲੈ ਕੰਨ ਖੋਲ੍ਹ ਕੇ, ਖੋਪਰ ਪਾੜ ਤੋਂ ਗੋਲੀਆਂ ਮਾਰ ਮਾਰ ਤੇਰਾ, ਸੁਣ ਗਿਆ ਨਾ? ਓਏ ਖੋਪੜ, ਉਹ ਚੱਲ ਬਟਾਲੇ, ਖੋਪੜ ਲਾ ਦੇਣਾ ਤੇਰਾ। ਹਾਇਓ ਰੱਬਾ ਮੇਰਿਆ, ਜੇ ਮੈਨੂੰ ਨਾ ਆਇਆ ਤਾਂ ਰਾਜਵੀਰ ਨੇ ਮੇਰੇ ਗੋਲੀ ਮਾਰ ਦੇਣੀ ਆ, ਅਤੇ ਜੇ ਆ ਗਿਆ ਤਾਂ ਰੰਧਾਵੇ ਨੇ ਮੇਰੇ ਗੋਲੀ ਮਾਰ ਦੇਣੀ ਆ। ਦੱਸੋ ਮੈਂ ਕੀ ਕਰਾਂ? ਹੁਣ ਤਾਂ ਬਸ ਇੱਕੋ ਤਰੀਕਾ, ਕੱਪੜੇ ਬੈਗ 'ਚ ਪਾਓ ਅਤੇ ਪਿੰਡ ਨੂੰ ਜਾਓ। ਪਰ ਕਿੱਦਾਂ? ਰੰਧਾਵਾ ਸਾਹਿਬ, ਰੰਧਾਵਾ ਸਾਹਿਬ, ਲੱਗ ਗਈ ਰੰਧਾਵਾ ਸਾਹਿਬ, ਲੱਗ ਗਈ। ਲਾਟਰੀ ਲੱਗ ਗਈ ਆ? ਨਹੀਂ ਰੰਧਾਵਾ ਸਾਹਿਬ, ਮੇਰੀ ਜਨਾਨੀ ਦੇ ਪਿੰਡ ਸੱਟ ਲੱਗ ਗਈ। ਉਹ ਕਿਵੇਂ ਲੱਗ ਗਈ? ਚਲੋ ਲੱਗ ਵੀ ਸਕਦੀ ਹੈ, ਮੈਂ ਇੱਥੋਂ ਸ਼ਹਿਰ 'ਚ ਨਹੀਂ ਸਾਂਭੀ ਜਾਂਦੀ ਤਾਂ ਇੱਥੋਂ ਪਿੰਡ ਰੱਖ ਕੇ ਕਿੱਥੇ ਸਾਂਭੀ ਜਾਣੀ ਆ? ਇੰਝ ਕਰ, ਫੜ ਪੈਸੇ 'ਤੇ ਜਾ ਕੇ ਉਹਦੀ ਖਬਰ ਸਾਰ ਲੈ, ਔਰ ਰਾਜ ਨਾ ਪਊਆ ਲਾ ਲਈ। ਨਹੀਂ ਰੰਧਾਵਾ ਸਾਹਿਬ, ਨਹੀਂ, ਵੇਖ ਲਾ, ਪਹਿਲੀ ਜਨਾਨੀ ਜਿਹੜੀ ਆ ਨਾ ਨਿਕਲਦੀ ਬੜੀ ਔਖੀ ਹੁੰਦੀ ਆ, ਤੇ ਦੂਜੀ ਲੱਭਦੀ ਬੜੀ ਔਖੀ ਹੁੰਦੀ ਆ। ਜਾ ਕੇ ਆਪਣੀ ਜਨਾਨੀ ਸਾਂਭ। ਠੀਕ ਹੈ ਰੰਧਾਵਾ ਸਾਹਿਬ, ਜਾ। ਘਰ 'ਚੋਂ ਇਸਤਰੀ ਅਤੇ ਮਿਸਤਰੀ ਕੱਢਣੇ ਕਿਤੇ ਸੌਖਾ ਕੰਮ ਹੁੰਦਾ? ਲਵਲੀ, 6 ਵੱਜ ਗਏ, ਘਰ ਨਹੀਂ ਜਾਣਾ ਅੱਜ? ਕੰਮ ਖਤਮ ਕਰਕੇ ਜਾਊਂਗੀ ਨਾ? ਉਹ ਕੰਮ ਤਾਂ ਹੁੰਦੇ ਰਹਿਣਗੇ, ਤੂੰ ਕਹੇ ਤੇ ਮੈਂ ਛੱਡਦਾ ਤੈਨੂੰ। ਹਾਂ ਛੱਡ ਦੇ, ਆ ਜਾ ਫਿਰ। ਨਹੀਂ, ਮੈਂ ਆਪੇ ਚੱਲ ਜੂੰਗੀ, ਤੂੰ ਜਾ। ਠੀਕ ਹੈ, ਮਰਜ਼ੀ ਹੈ ਤੇਰੀ, ਪਰ ਬੜਾ ਹਨੇਰਾ ਨਾ ਕਰੀ, ਟਾਈਮ ਨਾਲ ਚੱਲ ਜਾਈਂ ਘਰ। ਮੈਂ ਕੁਛ ਜ਼ਿਆਦਾ ਹੀ ਰੂਡ ਹੋ ਗਈ ਜੋਗੇ, ਇਹ ਕੰਮ ਮੈਂ ਕੱਲ੍ਹ ਕਰ ਲੂੰਗੀ, ਤੂੰ ਮੈਨੂੰ ਘਰ ਛੱਡ ਦੇ। ਮੈਂ ਤਾਂ ਪਹਿਲਾਂ ਹੀ ਗਿਆ ਸੀਗਾ, ਆ ਜਾ ਫਿਰ। ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ। ਵਾਹ ਬਈ ਵਾਹ, ਗਰੇਵਾਲ ਦੇ ਖਰਬੂਜੇ ਨੇ ਸਾਡੇ ਖਰਬੂਜੇ 'ਤੇ ਐਸਾ ਰੰਗ ਚਾੜਿਆ ਕਿ ਸਾਡਾ ਖਰਬੂਜਾ ਤਾਂ ਹਾਈਬ੍ਰਿਡ ਟਮਾਟਰ ਬਣਿਆ ਬੈਠਾ। ਹੈਂ ਉਹ ਕਮਲੀਏ, ਮੈਂ ਮੁਹੱਬਤ ਨਾਲ ਉੱਛਲ ਉੱਛਲ ਜਾ ਰਿਹਾ ਤੇ ਤੇਰੇ 'ਤੇ ਕੋਈ ਅਸਰ ਹੀ ਨਹੀਂ। ਹੈਂ ਉਹ ਤੇਰਾ ਪ੍ਰਾਹੁਣਾ ਬੈਠਾ ਤੇਰੇ ਲਾਗੇ, ਤੇਰਾ ਲਾੜਾ ਨੀਂਗਰ ਚੰਦ, ਲਾੜਾ ਖੱਖਾ ਸੱਸਾ ਮੰਮਾ ਖਸਮ, ਤੂੰ ਆ ਫੋਨ 'ਤੇ ਜੂਆਂ ਜੀਆਂ ਮਾਰੀ ਜਾਂਦੀ ਹੈ, ਟਿੱਚ ਟਿੱਚ ਟਿੱਚ, ਕੀ ਲੱਭਦਾ ਇਹ 'ਚੋਂ? ਵੈਸੇ ਨਾ ਨਿੰਮ 'ਚ ਜਿੰਨਾ ਮਰਜ਼ੀ ਮਿੱਠਾ ਪਾ ਲਓ, ਉਹ ਕੌੜਾ ਤਾਂ ਕੌੜਾ ਹੀ ਰਹਿਣਾ। ਉਹੀ ਹਾਲ ਤੁਹਾਡਾ, ਤੁਹਾਡੇ ਨਾਲ ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਕਰ ਲਓ, ਪਰ ਨਹੀਂ, ਤੁਹਾਨੂੰ ਤਾਂ ਮੇਰੇ ਕੋਲ ਰਹਿਣੀ ਸ਼ਿਕਾਇਤ ਰਹਿਣੀ ਰਹਿਣੀ ਹੈ। ਹਾਂ
ਜੱਟਾਂ ਨੂੰ ਕਿੱਥੇ ਪਿਆਰ ਪਿਓਰ ਕਰਨੇ ਆਉਂਦੇ ਆ? ਓਏ ਕਮਲੀਏ, ਜੱਟਾਂ ਜਿੰਨਾ ਪਿਆਰ ਕੌਣ ਕਰ ਸਕਦਾ? ਵੱਖਰੀ ਗੱਲ ਹੈ, ਵਿਚਾਰਿਆਂ ਨੂੰ ਇਜ਼ਹਾਰ ਨਹੀਂ ਕਰਨਾ ਆਉਂਦਾ। ਅੱਜ ਸੱਜੀ ਅੱਖ ਫਰਕੀ ਜਾਂਦੀ ਏ। ਉਹ ਕਿਵੇਂ ਆ ਰੰਧਾਵਾ ਸਾਹਿਬ? ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ। ਮੈਂ ਪਛਾਣਿਆ ਨਹੀਂ। ਸਾਡੇ ਵਰਗੇ ਬੰਦੇ ਜਦ ਕਿਸੇ ਦੇ ਘਰ ਜਾਂਦੇ ਆ ਨਾ, ਤਾਂ ਲੋਕ ਅਕਸਰ ਪਹਿਚਾਨਣ ਤੋਂ ਮਨਾ ਕਰ ਦਿੰਦੇ ਆ। ਤੁਸੀਂ ਸ਼ਬੀਲ ਦੀ ਪਰਚੀ ਕੱਟਣ ਜਾਂਦੇ ਹੋਣੇ ਤਾਂ ਹੀ ਨਹੀਂ ਪਛਾਣਦੇ ਹੋਣੇ ਤੁਹਾਨੂੰ। ਉਹ ਬਹੁਤ ਵਧੀਆ ਮਜ਼ਾਕ ਕਰਦੇ ਰੰਧਾਵਾ ਸਾਹਿਬ ਤੁਸੀਂ। ਵੈਸੇ ਮੈਂ ਰਿਸ਼ਤੇਦਾਰ ਹਾਂ ਤੁਹਾਡਾ। ਰਿਸ਼ਤੇਦਾਰ? ਕਿਹੜੇ ਪਾਸਿਓਂ? ਉਹ ਬਟਾਲੇ। ਸਮਝਾਇਆ ਇਹਨੂੰ। ਤੁਸੀਂ ਸਮਝਾਉਣ ਲਈ ਵੀ ਬੰਦਾ ਰੱਖਿਆ? ਭਾਜੀ ਨੇ ਆਪਣੀ ਭੈਣ ਦਾ ਵਿਆਹ ਤੁਹਾਡੇ ਮੁੰਡੇ ਮਨੂ ਨਾਲ ਪੱਕਾ ਕੀਤਾ ਹੋਇਆ। ਹੁਣ ਸਮਝਣਾ ਸਮਝਾਉਣਾ ਬੰਦ ਕਰੋ ਤੇ ਵਿਆਹ ਦੀਆਂ ਤਿਆਰੀਆਂ ਕਰੋ। ਕਿਹੜਾ ਮੁੰਡਾ? ਮੇਰਾ ਤੇ ਮੁੰਡਾ ਬਾਹਰ ਰਹਿੰਦਾ, 3 ਸਾਲ ਹੋ ਗਏ, ਉਹਨੇ ਇੰਡੀਆ ਗੇੜਾ ਨਹੀਂ ਮਾਰਿਆ। ਤੂੰ ਕਿਹਦੇ ਨਾਲ ਆਪਣੀ ਭੈਣ ਵਿਆਹ ਤੀ? ਭੈਣ ਦਿਆ ਵੀਰਾ, ਉਹ ਬਹੁਤ ਮਜ਼ਾਕ ਹੋ ਗਿਆ ਰੰਧਾਵਾ ਸਾਹਿਬ। ਜੇ ਮੇਰੇ ਤੋਂ ਯਕੀਨ ਨਹੀਂ ਹੈਗਾ, ਉਹ ਕੀ ਨਾਂ ਤੁਹਾਡੇ ਨੌਕਰ ਦਾ? ਅਮਰੂ। ਉਹਨੂੰ ਬੁਲਾਓ ਤੇ ਉਹਨੂੰ ਪੁੱਛੋ। ਕੀ ਮਤਲਬ ਓਏ? ਸਭ ਪਤਾ ਉਹਨੂੰ। ਅਮਰੂ ਤਾਂ ਪਿੰਡ ਗਿਆ ਹੋਇਆ। ਹੋ ਰੰਧਾਵੇ, ਰਾਜਵੀਰ ਭਾਜੀ ਨਾਲ ਤਮੀਜ਼ ਨਾਲ ਗੱਲ ਕਰ। ਅੱਜ ਤਾਂ ਸਿਰਫ ਮੈਨੂੰ ਗੁੱਸਾ ਆਇਆ, ਜੇ ਭਾਜੀ ਨੂੰ ਆ ਗਿਆ ਨਾ ਫਿਰ ਮੈਨੂੰ ਨਹੀਂ ਪਤਾ, ਭਾਜੀ ਦੱਸਣਗੇ। ਦੱਸੋ ਜੀ। ਗੱਲ ਸੁਣੋ ਰੰਧਾਵਿਆ, ਸੱਸੇ ਦੱਸ ਦੇ ਕਿੱਥੇ ਮੁੰਡਾ ਤੇਰਾ, ਨਹੀਂ ਜੇ ਰਾਜਵੀਰ ਕਿਤੇ ਆਪਣੀ ਆਈ ਤੇ ਆ ਗਿਆ ਨਾ। ਉਹ ਤੁਹਾਨੂੰ ਕਿਹਾ ਮੇਰਾ ਮੁੰਡਾ ਬਾਹਰ ਰਹਿੰਦਾ। ਮੈਂ ਤੇਰੇ ਦੂਜੇ ਮੁੰਡੇ ਦੀ ਗੱਲ ਕਰਦਾ। ਉਹ ਦੂਜਾ ਕਿਹੜਾ ਮੁੰਡਾ? ਆਪਣਾ ਕੋਈ ਹੋਰ ਵੀ ਮੁੰਡਾ ਹੈਗਾ? ਮੇਰਾ ਤਾਂ ਹੈ ਨਹੀਂ, ਪਰ ਤੁਹਾਡਾ ਮੈਨੂੰ ਪਤਾ ਨਹੀਂ। ਗੱਲਾਂ ਬਹੁਤ ਹੋ ਗਈਆਂ। ਤੂੰ ਚਾਹੁੰਦਾ ਨਾ ਤਾਂ ਹੋਰ ਪਾਸੇ ਵਿਆਹ ਕਰਨਾ, ਪਰ ਇਹ ਹੋਣ ਨਹੀਂ ਦੇਣਾ ਮੈਂ। ਤੇਰੇ ਮੁੰਡੇ ਦਾ ਵਿਆਹ ਮੇਰੀ ਭੈਣ ਨਾਲ ਹੋਊਗਾ। 15 ਦਿਨ ਦੇ ਵਿੱਚ ਵਿੱਚ ਆਪਣੇ ਮੁੰਡੇ ਮਨੂ ਨੂੰ ਲੱਭ ਲਾ, ਨਹੀਂ ਤਾਂ ਰਾਜਵੀਰ ਦਾ ਦਿਮਾਗ ਜਦ ਖਰਾਬ ਹੋ ਜਾਂਦਾ ਨਾ ਤਾਂ ਗੋਲੀਆਂ ਚੱਲਣ ਲੱਗੇ ਦੇਰ ਨਹੀਂ ਲੱਗਦੀ। ਸਤਿ ਸ੍ਰੀ ਅਕਾਲ। ਹਲੇ ਇੱਕ ਕਾਕੇ ਦਾ ਪਤਾ ਲੱਗਾ, ਹੋਰ ਪਤਾ ਨਹੀਂ ਕਿਹੜੇ ਕਿਹੜੇ ਕਾਕੇ ਤੁਹਾਡੇ ਬਾਹਰ। ਕਿਹੜਾ ਕਾਕਾ ਯਾਰ! ਵਾਹ ਰੱਬਾ, ਜਿੰਨੀ ਜਲਦੀ ਤੂੰ ਮੇਰੀ ਜੋੜੀ ਬਣਾਈ ਓਨੀ ਜਲਦੀ ਤੋੜ ਵੀ ਦਿੱਤੀ। ਪਤਾ ਨਹੀਂ ਕਦੋਂ ਜਾਊਂ ਰੰਧਾਵਾ ਵਾਪਸ। ਉਹ ਅਗਲਾ ਫੋਨ ਆ ਗਿਆ। ਅਮਰੂ! ਹਾਂ ਅਮਰੂ, ਕਿਵੇਂ ਆ? ਕੀ ਪਿੰਡ ਚੱਲਾ ਵਾਪਸ? ਮੈਂ ਵੀ ਪਿੱਛੇ ਹਟ ਜਾ। ਉਹ ਵੀਰੇ, ਇੱਦਾਂ ਕਿੱਦਾਂ ਪਿੱਛੇ ਹਟ ਜਾ? ਤੂੰ ਜਾ ਪਿੰਡ, ਕਰੂੰ ਮੈਂ ਤੈਨੂੰ ਫੋਨ। ਚੰਗਾ, ਕਹਿੰਦਾ ਪਿੱਛੇ ਹਟ ਜਾ। ਉਹ ਇੱਦਾਂ ਕਿੱਦਾਂ ਹਟ ਜੂ ਜੱਟ ਪਿੱਛੇ? ਉਹ ਮੈਂ ਨਹੀਂ ਹਟਦਾ ਹੁਣ ਪਿੱਛੇ। ਜੱਟ ਪਿੱਛੇ ਹਟਦਾ ਨਹੀਂ, ਜਦੋਂ ਆਪਣੀ ਅੜੀ ਤੇ ਅੜ ਜਾਵੇ। ਉਹ ਵੈਰੀਆਂ ਤੋਂ ਡਰਦਾ ਨਹੀਂ, ਇੱਕ ਥਾਣ ਕੇ ਜਦੋਂ ਇਹ ਖੜ ਜਾਵੇ। ਅੜ ਜਾਵੇ ਉਹ
ਆ ਮੋਟਰ ਚਲਾਣੀ ਹੈ ਕਾਕੇ, ਹਟ ਜਾ ਪਿੱਛੇ। ਉਹ ਕਿਆ ਤੇ ਹੈ, ਨਹੀਂ ਹਟਣਾ ਪਿੱਛੇ। ਮੋਟਰ ਚਲਾਣੀ ਫੇਰ ਹਟ ਸਨ। ਹਟ ਪਿੱਛੇ ਹਟਦਾ ਨਹੀਂ ਜਦੋਂ ਆਪਣੀ ਅੜੀ ਦੇ ਅੜ ਜਾਏ। ਲਵਲੀ ਕੀ ਗੱਲ ਹੋ ਗਈ, ਅੱਜ ਬੜੀ ਚੁੱਪ ਚਾਪ ਜੀ ਹੈ, ਠੀਕ ਹੈ ਸਭ? ਕੁਛ ਨਹੀਂ ਯਾਰ, ਮੇਰੇ ਡੈਡ ਨੇ ਮੇਰੇ ਵਿਆਹ ਲਈ ਮੁੰਡਾ ਫਾਈਨਲ ਕਰਤਾ ਤੇ ਉਹ ਕੱਲ ਪਿੰਡ ਤੋਂ ਸ਼ਹਿਰ ਆ ਰਿਹਾ। ਤੂੰ ਵਿਆਹ ਕਰਾ ਰਹੀ ਆ? ਮੇਰਾ ਕੀ ਬਣੂਗਾ ਜੋਗੇ? ਮੇਰਾ ਮਤਲਬ ਹੈ ਕਾਲੀ ਕਾਲੀ ਵਿਆਹ ਕਰਾਉਣ ਦੀ, ਨਾਲੇ ਲਾਗ ਨੇੜੇ ਵੀ ਦੇਖ ਲਈਦਾ ਹੁੰਦਾ, ਕਈ ਵਾਰ ਆਲੇ ਦੁਆਲੇ ਵੀ ਚੰਗਾ ਮੁੰਡਾ ਮਿਲ ਜਾਂਦਾ। ਆਲੇ ਦੁਆਲੇ ਤਾਂ ਦੇਖਾਂ ਜੇ ਪਿੰਡ ਵਾਲਾ ਵਾਪਿਸ ਪਿੰਡ ਚਲਾ ਜਾਏ। ਐਡੀ ਗੱਲ, ਚੱਲ ਫਿਰ ਸਮਝ ਕੇ ਪਿੰਡ ਵਾਲਾ ਵਾਪਿਸ ਪਿੰਡ ਪਹੁੰਚ ਰਿਹਾ, ਉਹਦੀ ਟਿਕਟ ਮੈਂ ਕਟਾ ਦੂੰਗਾ, ਤੂੰ ਉਹਦੀ ਫੋਟੋ ਬਸ ਮੈਨੂੰ ਵਟਸਐਪ ਕਰ ਦੀ। ਠੀਕ ਹੈ। ਲਵਲੀ ਕੀ ਹੋਇਆ? ਆ ਜਿਹੜੀ ਵਿਆਹ ਵਾਲੀ ਗੱਲ ਆ ਨਾ, ਇਹਨੂੰ ਕੈਂਸਲ ਨਾ ਕਰੀ, ਬਸ ਮੁੰਡਾ ਜ਼ਰਾ ਸੋਚ ਸਮਝ ਕੇ ਸਿਲੈਕਟ ਕਰੀ। ਪਹਿਲਾਂ ਜਿਹੜਾ ਤੈਨੂੰ ਕੰਮ ਕਿਹਾ ਨਾ ਤੂੰ ਉਹ ਕਰ, ਔਰ ਰਹੀ ਮੁੰਡੇ ਦੀ ਗੱਲ ਉਹ ਮੈਂ ਤੇ ਤੋਂ ਪੁੱਛ ਕੇ ਕਰਾਂਗੀ। ਹੈ ਲਵਲੀ ਇੱਥੇ? ਹਾਂ ਹੈਲੋ, ਪਿੰਡ ਗਿਆ ਮਰਿਆ ਕੰਜਰ ਦਾ, ਬੂਟੇ ਪਾਣੀ ਖੁਣ ਸੁੱਕੀ ਜਾਂਦੇ ਆ। ਹਾਏ ਰੱਬਾ ਮੇਰਿਆ, ਸਭ ਦੇਖ ਲਿਆ ਮੈਂ, ਸਭ ਦੇਖ ਲਿਆ। ਕੀ ਵੇਖ ਲਿਆ ਤੂੰ? ਇੱਕ ਮਿੰਟ ਚ ਮੈਂ ਨਾਲਾ ਬੰਨ ਲਿਆ, ਕੀ ਵੇਖ ਲਿਆ ਤੂੰ? ਹੋ ਮੈਂ ਦੇਖ ਲਿਆ ਸਭ ਕੁਝ। ਤੂੰ ਜੇ ਤੇਰੇ ਵਾਲੀ ਹਾਏ ਮੈਂ ਲੁੱਟੀ ਗਈ, ਮੈਂ ਕੱਲ ਸਿਆਪਾ ਹੀ ਨਿਬੇੜ ਦੇਣਾ, ਸਾਰੇ ਪਜਾਮੇ ਚ ਲਾਸਕਾਂ ਪਵਾ ਦੇਣੀਆਂ। ਓ ਲਵਲੀ ਲੁੱਟੀ ਗਈ। ਕੀ ਲੁੱਟੀ ਗਈ? ਲੁੱਟੀ ਗਈ ਹੋ ਤੈਨੂੰ ਲੁੱਟੇ ਜਾਣ ਦਾ ਬੜਾ ਸ਼ੌਕ ਚੜਿਆ ਰਹਿੰਦਾ। ਕੋਈ ਕਸਰ ਛੱਡੀ ਤੁਸੀਂ ਇੱਥੇ ਆ ਕੇ ਦੱਸੋ ਮੈਨੂੰ, ਆਹੀ ਕੁਝ ਦੇਖਣ ਰਹਿ ਗਿਆ ਸੀ ਮੇਰੇ ਜੋਗਾ, ਇਸੇ ਲਈ ਤੁਸੀਂ ਸ਼ਹਿਰ ਆਏ ਸੀ ਪਿੰਡੋ। ਮੇਰਾ ਮੂੰਹ ਕਾਲਾ ਗਰਾਤਾ। ਤੂੰ ਕੀ ਬਕਵਾਸ ਕਰੀ ਜਾਨੀ ਆ ਤੂੰ? ਹਾਏ ਹਾਏ, ਸਵੇਰ ਸਵੇਰੇ ਲੜਨ ਦਾ ਪ੍ਰੋਗਰਾਮ ਬਣਾ ਲਿਆ? ਮੈਂ ਨਹੀਂ ਹੁਣ ਰਹਿੰਦੀ ਤੁਹਾਡਾ, ਦੱਸ ਤਾ ਤੁਹਾਨੂੰ ਮੈਂ। ਉਹ ਗੱਲ ਤਾਂ ਸੁਣ ਮੇਰੀ, ਹਾਏ ਮੈਂ ਲੁੱਟੀ ਗਈ ਆ। ਤੂੰ ਬਸੰਤ ਵਾਲੇ ਦਿਨ ਲੁੱਟੀ ਸੈਂ? ਇਹ ਨਵੀਆਂ ਚੀਜ਼ਾਂ ਦੇ ਸ਼ੌਕ ਨੇ ਨਾ ਮੇਰਾ ਘਰ ਹੀ ਪੱਟ ਕੇ ਰੱਖ ਦਿੱਤਾ। ਉਹ ਕਿਤੇ ਨਹੀਂ ਪੱਟਿਆ ਜਾਂਦਾ ਤੇਰਾ ਘਰ, ਆ ਵੇਖ ਤੇਰਾ ਸੁਹਾਗ ਸਾਕਸ਼ਾਤ ਤੇਰੇ ਸਾਹਮਣੇ ਖਲੋਤਾ ਜਿਉਂਦਾ ਜਾਗਦਾ। ਅੱਛਾ, ਤੇ ਫਿਰ ਉਹ ਕੁੜੀ ਕੌਣ ਸੀ? ਕਿਹੜੀ ਕੁੜੀ? ਉਹੀ ਜਿਹੜੀ ਸਾਡੇ ਲੌਂਚ ਚੋਂ ਨਿਕਲੀ ਸੀ। ਉਹ ਲੌਂਚ ਚੋਂ ਕੋਈ ਕੁੜੀ ਨਹੀਂ ਆਈ, ਬਹੁਤਾ ਮੈਂ ਬੂਟਿਆਂ ਨੂੰ ਪਾਣੀ ਪਾ ਕੇ ਆਇਆ। ਪਤਾ ਮੈਨੂੰ ਜਿਹੜਾ ਤੁਸੀਂ ਪਾਣੀ ਦੇ ਰਹੇ ਸੀ, ਤੁਹਾਡਾ ਇੱਕ ਇੱਕ ਰੰਗ ਦੇਖ ਰਹੀ ਆ, ਸ਼ਹਿਰ ਆ ਕੇ ਨਾ ਤੁਹਾਡੇ ਰੰਗ ਟੰਗ ਬਦਲ ਗਏ। ਉਹ ਇੱਥੇ ਆ ਕੇ ਮੈਂ ਹੋਲੀ ਖੇਡਣ ਲੱਗ ਪਿਆ ਜਾਂ ਮੈਂ ਲਲਾਰੀ ਦੀ ਹੱਟੀ ਪਾ ਲਈ ਆ, ਜਿਹੜੇ ਤੈਨੂੰ ਮੇਰੇ ਵੱਖਰੇ ਵੱਖਰੇ ਰੰਗ ਦਿਸਣ ਲੱਗ ਪਏ ਨੇ ਲਲਾਰ ਨੇ? ਬਸ ਬਸ, ਹੁਣ ਗੱਲ ਨਾ ਬਦਲੋ। ਕਦੀ ਆ ਕੇ ਕੋਈ ਤੁਹਾਡੇ ਮੁੰਡੇ ਬਾਰੇ ਪੁੱਛਦਾ, ਕਦੀ ਤੁਹਾਡੇ ਲੌਂਚ ਚੋਂ ਕੁੜੀ ਨਿਕਲਦੀ ਹੈ। ਉਹ ਰੱਬ ਦਾ ਵਾਸਤਾ ਆਵੇ ਬਖਸ਼ ਲੈ ਮੈਨੂੰ, ਮੇਰਾ ਜੀ ਕਰਦਾ ਮੈਂ ਨਾ ਇੱਟ ਮਾਰ ਕੇ ਆਪਣਾ ਸਿਰ ਪਾੜ ਲਵਾਂ। ਹਾਂ ਹਾਂ, ਉਹ ਨਵੀਆਂ ਜੋ ਹੈਗੀਆਂ ਤੁਹਾਡਾ ਸਿਰ ਕੁੱਟਣ ਨੂੰ ਨਾ, ਹੁਣ ਚੱਲੇ ਕਿੱਥੇ ਹੋ? ਗੁਆਂਢੀਆਂ ਦੀ ਕੰਧ 'ਚ ਸਿਰ ਮਾਰਨ ਚੱਲਿਆ, ਚੱਲੇ ਕਿੱਥੇ ਜੇ? ਉਹ ਦੇਖਿਓ, ਗੁਆਂਢੀਆਂ ਦੀ ਕੰਧ ਨਾ ਢਾ ਦਿਓ। ਚੱਲ ਮੈਂ ਤੈਨੂੰ ਫੇਰ ਕਰਦਾ, ਮੈਂ ਜ਼ਰੂਰੀ ਕੰਮ ਆਇਆ ਹੋਇਆ। ਚੱਲ ਓਕੇ ਓਕੇ। ਲਵਲੀ ਆ ਗਿਆ ਮੈਂ ਤੈਨੂੰ ਲੈਣ, ਮੈਨੂੰ ਪਤਾ ਹੈ ਤੂੰ ਮੈਨੂੰ ਉਡੀਕਦੀ ਹੋ। ਆ ਕਿਹੜਾ ਆਣ ਵੜਿਆ ਉਹ ਡੈਂਬਰਿਆ ਜਿਹਾ ਹੈ? ਮਾਮਾ ਵੇਂਹਦਾ ਵੇਖ ਜਿੱਦਾਂ ਗਾਂ ਨੇ ਲਕ ਸਾਬਣ ਦੀ ਚਾਕੀ ਚਾਬਲੀ ਹੁੰਦੀ ਹੈ। ਮੈਂ ਵੇਖ ਉਹ ਬੈਟਰ ਭੰਗਿਆ ਕੀ ਲਊ, ਅੱਖਾਂ ਕੱਟ ਕੱਟ ਵੇਖੀ ਜਾ ਰਿਹਾ, ਕਿਹਨੂੰ ਲੱਭ ਰਿਹਾ? ਆਪਣੀ ਲਵਲੀ ਨੂੰ।
ਉਹ ਤੂੰ ਸਵੇਰੇ ਸਵੇਰੇ ਭੰਗ ਪੀ ਕੇ ਤਾਂ ਨਹੀਂ ਆ ਗਿਆ? ਇੱਥੇ ਜਿਹੜੀ ਲਵਲੀ ਰਹਿੰਦੀ ਹੈ ਨਾ, ਉਹ ਆਪਣੀ ਨਹੀਂ ਹੈ, ਮੇਰੀ ਹੈ, ਇਕੱਲੇ ਦੀ। ਨਾਲੇ ਤੂੰ ਲਵਲੀ ਨੂੰ ਕਿੱਦਾਂ ਜਾਣਦਾ ਓਏ? ਕਿੱਦਾਂ ਜਾਣਦਾ? ਇਹ ਲਵਲੀ ਨੂੰ ਪੁੱਛੋ ਤੇ ਨਾਲੇ ਤੁਸੀਂ ਕੌਣ ਹੋ? ਮੈਂ ਤਾਂ ਅੱਜ ਤੱਕ ਕਦੇ ਲਵਲੀ ਨਾਲ ਤੁਹਾਨੂੰ ਦੇਖਿਆ ਨਹੀਂ, ਨਾ 3 'ਚ, ਨਾ 13 'ਚ, ਨਾ ਟੋਕਰੀ ਵਾਲੇ 12'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ। ਅੱਛਾ, ਮੈਂ ਪਲੇਅਰਾਂ ਤੇ ਸਪੇਅਰਾਂ 'ਚ ਨਹੀਂ ਹਾਂ ਤੇ ਤੂੰ ਰਸ਼ੀਆ ਤੋਂ ਤਗਮਾ ਜਿੱਤ ਕੇ ਮੁੜਿਆ? ਜਿੱਤਿਆ? ਜਿੱਤਿਆ ਤਾਂ ਮੈਂ ਲਵਲੀ ਦਾ ਦਿਲ ਹੈ, ਤੇ ਨਾਲੇ ਮੈਂ ਲਵਲੀ ਨੂੰ ਉਦੋਂ ਦਾ ਜਾਣਦਾ ਜਦੋਂ ਦੀਆਂ ਮੇਰੀਆਂ ਅੱਖਾਂ ਖੋਲੀਆਂ। ਅੱਖਾਂ ਖੋਲਣ ਨੂੰ ਤੂੰ ਲਵਲੀ ਦੀ ਗੋਦੀ 'ਚ ਖੇਡਦਾ ਰਿਹਾ ਹੈ? ਕੀ ਕਰਾਉਣਾ ਤੂੰ ਲਵਲੀ ਤੋਂ? ਓਹੋ, ਬੱਦਲ ਉੱਤੇ ਹੋਏ ਆ ਤੇ ਗਰਜ ਤੁਸੀਂ ਰਹੇ ਹੋ, ਤੇ ਨਾਲੇ ਮੈਂ ਵਿਆਹ ਕਰਾਉਣਾ ਲਵਲੀ ਦੇ ਨਾਲ। ਇੰਨੇ ਇੰਨੇ ਹੁੰਦੇ ਸੀ ਜਦੋਂ ਸਾਡਾ ਵਿਆਹ ਪੱਕਾ ਹੋ ਗਿਆ ਸੀ। ਓਏ ਨਸ਼ਿਆਂ ਦੇ ਆ ਪਟਿਆ, ਮੰਨਿਆ ਵੀ ਪੰਜਾਬ ਨਸ਼ਿਆਂ 'ਚ ਡੁੱਬ ਗਿਆ, ਪਰ ਇੰਨਾ ਵੀ ਨਹੀਂ ਡੁੱਬ ਗਿਆ ਬਈ ਉਮਰਾਂ ਦੇ ਲਿਹਾਜ਼ ਹੀ ਭੁੱਲ ਜਾਣ। ਓ ਬਾਬਾ ਜੀ! ਓਏ ਬਾਬਾ ਜੀ ਕੀ ਹੁੰਦਾ ਓਏ? ਮੈਂ ਦੰਦ ਭੁੱਲਾਂ ਤੁਹਾਡੇ ਘਰ? ਨਸ਼ਾ ਤਾਂ ਮੈਨੂੰ ਲੱਗਿਆ ਚਿੱਟੇ ਦਾ ਨਹੀਂ, ਮੈਨੂੰ ਤਾਂ ਲਵਲੀ ਦਾ ਨਸ਼ਾ ਲੱਗਿਆ। ਜੋਗੀਆਂ ਦੇ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ ਤੇ ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ ਲਵਲੀ, ਮੈਨੂੰ ਸਭ ਪਾਸੇ ਤੂੰ ਦਿਸਦਾ। ਤੈਨੂੰ ਸਭ ਕੁਝ ਦੀਦਾ ਪਰ ਤੈਨੂੰ ਸ਼ੀਸ਼ੇ 'ਚ ਆਪਣਾ ਮੂੰਹ ਨਹੀਂ ਦੀਦਾ। ਕਿਹੋ ਜਿਹੀ ਸ਼ਕਲ ਆ ਤੇਰੀ ਓਏ, ਜਿੱਦਾਂ ਜਰਾਬ ਧੋ ਕੇ ਸੁੱਕਣੇ ਪਾਈ ਹੁੰਦੀ ਆ। ਮੈਂ ਬੜੀਆਂ ਬੜੀਆਂ ਸ਼ਕਲਾਂ ਵੇਖੀਆਂ, ਕਿਹੋ ਜਿਹੀ ਸ਼ਕਲ ਆ ਤੂੰ ਓਏ, ਜਿਹੜੀ ਸ਼ਕਲ ਹੀ ਨਹੀਂ ਲੱਗਦੀ। ਲਵਲੀ ਲਵਲੀ ਲਵਲੀ, ਇਹ ਲਵਲੀ ਸ਼ਹਿਰ ਦੇ ਨਾਲ ਨਾਲ ਪਿੰਡ 'ਚ ਵੀ ਹੋਲੀਆਂ ਖੇਡੀ ਜਾ ਰਹੀ ਆ ਤੇ ਰੰਗ ਮੇਰੇ ਪਰਖਦੀ ਆ, ਇਹ ਕੀ ਚੱਕਰ ਹੈ? ਉਹ ਆਪਣੇ ਆਪ ਨਾਲ ਕੀ ਬੁੜਬੜਾਈ ਜਾਂਦੇ ਹੋ? ਛੇਤੀ ਮੇਰੀ ਲਵਲੀ ਨੂੰ ਬੁਲਾ ਦੋ। ਓਏ, ਪਹਿਲਾਂ ਤੂੰ ਮੇਰੀ ਜਨਾਨੀ ਦਾ ਨਾਂ ਲੈ ਕੇ ਇਹੋ ਜਿਹੀਆਂ ਫੀਲਿੰਗਾਂ ਜੀਆਂ ਨਾ ਲੈ। ਤੂੰ ਹੁੰਦਾ ਕੌਣ ਹੈ ਮੇਰੀ ਜਨਾਨੀ ਨੂੰ ਛੇੜੋ ਪਿੰਡ ਲਿਆਉਣ ਦੀਆਂ ਗੱਲਾਂ ਕਰਨ ਵਾਲਾ? ਕਿਹਦੀ ਜਨਾਨੀ? ਓ ਮੇਰੀ ਜਨਾਨੀ, ਹੋਰ ਕਿਹਦੀ ਜਨਾਨੀ? ਤੇਰੀ ਭੂਆ ਦੀ ਗੱਲ ਨਹੀਂ ਕਰਦਾ ਮੈਂ। ਹੈਂ, ਤੁਹਾਡੀ ਜਨਾਨੀ? ਆਹੋ, ਲਵਲੀ ਨੇ ਬੁੜੇ ਨਾਲ ਵਿਆਹ ਕਰਾ ਲਿਆ। ਬੁੜਾ ਕਿਨੂੰ ਕੀ ਆਈ ਓਏ? ਮੈਂ ਤੈਨੂੰ ਦੱਸਾਂ, ਮੇਰੇ ਤੇ ਬਾਹਰੋਂ ਭੁਲੇਖਾ ਨਾ ਖਾਵੀਂ, ਮੇਰਾ ਥਰਮੋਸ ਵਾਲਾ ਹਿਸਾਬ ਹੀ। ਜ਼ਰੂਰ ਕੋਈ ਚੱਕਰ ਹੈ, ਤੁਸੀਂ ਲਵਲੀ ਨੂੰ ਬੁਲਾਓ, ਮੈਂ ਲਵਲੀ ਨਾਲ ਗੱਲ ਕਰਨੀ ਹੈ। ਓ ਮੈਂ ਕਹਿੰਦਾ ਤੂੰ ਇੱਥੋਂ ਤਿੱਤਰ ਹੋ ਜਾਓ, ਨਾ ਹੋਵੇ 4 ਬੰਦੇ ਤੈਨੂੰ ਫੱਟੇ ਤੇ ਪਾ ਕੇ ਲੈ ਕੇ ਜਾਣ। ਮੈਂ ਜਾਣਾ ਨਹੀਂ ਲਵਲੀ ਨਾਲ ਗੱਲ ਕਰੇ ਬਿਨਾ। ਲਵਲੀ! ਓ ਭਾਲਿਆ, ਓ ਭਾਲਿਆ, ਇੱਧਰ ਆਓ। ਐਸਾ ਮਾਂਜਾ ਨਾ ਹੋਏ ਨਾ ਵੀ ਸਾਰੀ ਉਮਰ ਪੈਰਾਂ ਭਾਰ ਨਾ ਬੈਠੇ। ਜਾਤੀ ਕੋੜ ਕਰਲੀ ਸ਼ਤੀਰਾਂ ਨਾਲ ਜੱਫੇ, ਹੁਣ ਪਤਾ ਲੱਗੂ ਚੜ ਕੇ ਰੰਧਾਵੇ ਦੇ ਧੱਕੇ। ਮੈਂ ਕੀ ਪਿਆਰ ਵਿੱਚੋਂ ਖੱਟਿਆ? ਉਹ ਦੇਖਾਂ ਯਾਰ, ਰੰਧਾਵਾ ਗਿਆ ਕਿ ਨਹੀਂ ਗਿਆ ਪਿੰਡ? ਉਹ ਕੀ ਹੋਇਆ ਤੈਨੂੰ? ਮੂੰਹ ਗਲੀ ਸਜਾਇਆ? ਕੀ ਦੱਸਾਂ ਬਾਈ, ਇਸ਼ਕੇ ਦੀਆਂ ਚੋਟਾਂ ਨੇ ਜਿਹੜੀਆਂ ਮੂੰਹ ਤੇ ਵੱਜੀਆਂ ਨੇ। ਬਾਈ ਤੂੰ ਕੌਣ ਹੈ? ਮੈਂ? ਮੈਨੂੰ ਤੂੰ ਰੱਬ ਦੇ ਬੰਦਾ ਸਮਝ, ਚਲਾ ਤੇਰਾ ਇਲਾਜ ਕਰਾਵਾਂ ਮੈਂ, ਆ ਜਾ। ਗੁਲਾਬ ਨੂੰ ਹੱਥ ਪਾਇਆ ਸੀ ਬਾਈ, ਕੰਢੇ ਵੱਜੇ ਯਾਰ। ਓਏ ਕੋਈ ਨੀ ਕੋਈ ਨੀ, ਆ ਜਾ। ਲਵਲੀ, ਕੀ ਹੋਇਆ? ਹੁਣ ਤਾਂ ਤੇਰੀ ਜੌਬ ਵੀ ਲੱਗ ਗਈ ਹੈ, ਆਪਣੇ ਫਲੈਟ ਵਿੱਚ ਹੈ, ਅਤੇ ਕੁਛ ਟਾਈਮ ਬਾਅਦ ਆਪਣੇ ਮੋਮ ਨੂੰ ਵੀ ਇੱਥੇ ਬੁਲਾ ਲੈਣਾ, ਅਤੇ ਹੁਣ ਕੀ ਪ੍ਰੋਬਲਮ ਹੈ? ਤੈਨੂੰ ਯਾਦ ਹੈ ਮੈਂ ਰੰਧਾਵੇ ਦੇ ਘਰ ਗਈ ਸੀ ਜੌਬ ਲਈ? ਉਹ ਹਾਂ, ਉੱਥੇ ਨਾ ਮੈਨੂੰ ਜੋਗਾ ਮਿਲਿਆ ਸੀ ਅਤੇ ਉਹਨੂੰ ਲੱਗਾ ਕਿ ਮੈਂ ਰੰਧਾਵੇ ਦੀ ਕੁੜੀ ਹਾਂ। ਉਹਨੇ ਆਪਣੇ ਸ਼ੋਰੂਮ 'ਚ ਮੈਨੂੰ ਜੌਬ ਵੀ ਇਸੇ ਲਈ ਦਿੱਤੀ ਹੈ, ਅਤੇ ਮੈਂ ਵੀ ਉਹਨੂੰ ਸੱਚ ਨਹੀਂ ਦੱਸ ਪਾਈ ਯਾਰ। ਅਤੇ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਹੈ? ਤੂੰ ਵੀ ਨਾ ਯਾਰ, ਜੋ ਚੱਲ ਰਿਹਾ ਚੱਲਣ ਦੇ। ਮੈਂ ਉਹਨੂੰ ਹੋਰ ਝੂਠ ਨਹੀਂ ਕਹਿ ਸਕਦੀ, ਉਹ ਮੈਨੂੰ ਪਿਆਰ ਕਰਦਾ ਯਾਰ, ਅਤੇ ਕਿਤੇ ਨਾ ਕਿਤੇ ਮੈਂ ਵੀ ਉਹਨੂੰ ਪਸੰਦ ਕਰਦੀ ਹਾਂ। ਹਾਲੇ ਉਹਨੂੰ ਸੱਚ ਵੀ ਨਹੀਂ ਦੱਸ ਸਕਦੀ ਜਦ ਤੱਕ ਕਿਤੇ ਹੋਰ ਜੌਬ ਨਹੀਂ ਲੱਗ ਜਾਂਦੀ। ਤੂੰ ਕੰਮ ਕਿਉਂ ਨਹੀਂ ਕਰਦੀ? ਮੇਰਾ ਇੱਕ ਫਰੈਂਡ ਹੈ ਅਤੇ ਉਹਦੇ ਆਫਿਸ 'ਚ ਇੱਕ ਵੈਕੈਂਸੀ ਨਿਕਲੀ ਹੋਈ ਹੈ, ਅਤੇ ਤੂੰ ਉੱਥੇ ਜਾ, ਆਈ ਐਮ ਸ਼ੋਰ ਤੇਰੀ ਸਿਲੈਕਸ਼ਨ ਉੱਥੇ ਪੱਕਾ ਹੋ ਜਾਊਗੀ। ਪਰ ਮੈਂ ਜੋਗੇ ਨੂੰ ਕੀ ਕਹਾਂਗੀ? ਜੋਗੇ ਨੂੰ ਤੂੰ ਕਹਿ ਦੀ ਕਿ ਤੂੰ ਠੀਕ ਨਹੀਂ ਹੈ, ਅਤੇ ਤੂੰ ਆਫਿਸ ਵੀ ਨਹੀਂ ਆ ਸਕਦੀ, ਨਾਲੇ ਆਪਣਾ ਫੋਨ ਵੀ ਬੰਦ ਰੱਖੀ। ਜੇ ਜੋਗਾ ਤੈਨੂੰ ਸੱਚਾ ਪਿਆਰ ਕਰਦਾ ਤਾਂ ਉਹ ਤੇਰੀ ਵੇਟ ਜ਼ਰੂਰ ਕਰੂਗਾ।
ਮਾਹੀਆ ਦਿਲ ਤੈਨੂੰ ਫਿਰੇ ਲੱਭਦਾ ਆ ਜਾ ਵਾਸਤਾਏ ਤੈਨੂੰ ਰੱਬ ਦਾ ਮਾਹੀਆ ਦਿਲ ਤੈਨੂੰ ਫਿਰੇ ਲੱਭਦਾ सोफे से गली पे ना अपना ही घर समझ आराम ना बैठ चल तेरे लगी लगी है हूँ मैं ये दस आ सट्टा सुट्टा लगे कि मैं तेरे बस यार भाई पूछना यार भाई मैं जेड़े पिंड आया मैं पिंड की कुड़ी ना प्यार करदा ते वो आई हुई है इत्थे शहर पढ़न मेरा ब्याह पक्का होया उहदे नाल मैं तो इत्थे आके पता लग्या उन्हें बुढ़े नाल ब्याह कराया होया बुढ़े नाल ब्याह करा लिया मेरा ब्याह पक्का होया वे चल कोई नहीं हूं तो ब्याह भी हो गया हूं इतने की फायदा तुसी पिंड वापस मुड़ जाओ ओ नहीं नहीं भाई भाई जो तक ये नहीं पता लग जाता कि मजबूरियां जिन्हें चुनू ब्याह कराना पै गया बुढ़े नाल है मैं पिंड जाके की जवाब दूंगा मैं तो सब कुछ दसूंगा कि भाई इदा इदा होया जो मम्मी ने मम्मी पता है कि साडा ब्याह पक्का होया समझा समझा मैं क्यों ना इन मैं इतने रखा क्योंकि राजवीर का कोई पता नहीं कदों इतने आ जाए गल तो तेरी भी ठीक है भाई इंज कर तू इत ही रह ते मैं तीन के दिन तक वापस आना चल मैं हूँ चलता थैंक यू भाई जी तू अपना ख्याल रखी अच्छा ठीक है जे कोई आया तो बुआ बुआ ध्यान नहीं खोली ठीक है भाई ठीक चंगा चंगा यार लवली का फोन भी स्विच ऑफ आ रहा दिखती भी नहीं कितने उरे ज्यादा ही बीमार ना हो कि यार देखे खुश कर सत्रीकाल जी मैं पछाने नहीं तुहानू मैं जी जोगा जोगा इलेक्ट्रॉनिक्स तो लवली फुल लवली लई ओह रियली
ਓ ਥੈਂਕ ਯੂ ਸੋ ਮੱਚ। ਬਾਕੀ ਜੇ ਕਦੇ ਕੋਈ ਪ੍ਰੋਬਲਮ ਆਈ ਤਾਂ ਦੱਸ ਦਿਓ। ਹਾਂ ਜ਼ਰੂਰ ਜੀ, ਪ੍ਰੋਬਲਮ ਟੀਵੀ 'ਚ ਪ੍ਰੋਬਲਮ ਆਈ ਕੋਈ? ਓਕੇ 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 ਥੈਂਕ ਯੂ। ਠੀਕ ਹੈ ਜੀ, ਥੈਂਕ ਯੂ। ਲਵਲੀ 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 ਬੋਲੇ ਲਵਲੀ ਨੂੰ ਦਿੱਤੇ ਸੀ, ਥੈਂਕ ਯੂ ਦੀ ਮਾਂ ਕਹੀ ਜਾਂਦੀ ਹੈ। ਚਲੋ ਆਪਾਂ ਤਾਂ ਫੁੱਲ ਬਚਾਉਣੇ ਸੀ, ਬਚਾ ਤੇ। ਰਣਜੀਤ ਬਾਈ ਜੀ, ਹੈਪੀ ਨੂੰ ਸ਼ਹਿਰ ਗਿਆ ਕਈ ਦਿਨ ਹੋ ਗਏ, ਉਹਦਾ ਕੋਈ ਫੋਨ ਹੀ ਨਹੀਂ ਮਿਲ ਰਿਹਾ। ਹੈਪੀ ਠੀਕ ਠਾਕ ਤੇ ਹੈ? ਓਏ ਰਣਜੀਤ ਸਿੰਘ ਦਾ ਭਰਾ, ਉਹਨੂੰ ਕੀ ਹੋਣਾ? ਵੈਸੇ ਗੱਲ ਤਾਂ ਤੂੰ ਠੀਕ ਕਹਿ ਰਿਹਾ ਯਾਰ, ਮੈਂ ਵੀ ਕਈ ਦਿਨਾਂ ਤੋਂ ਫੋਨ ਲਗਾ ਰਿਹਾ, ਲੱਗ ਨਹੀਂ ਰਿਹਾ। ਉਹ ਕਿਤੇ ਲਵਲੀ ਉਹਨੂੰ ਲੈ ਤੇ ਨਹੀਂ ਡੁੱਬੀ? ਬਾਈ ਜੀ ਉਹਨੂੰ ਤਾਂ ਤੈਰਨਾ ਵੀ ਨਹੀਂ ਆਉਂਦਾ। ਉਹ ਚੁੱਪ ਕਰੋ ਵੱਡਾ ਤੈਰਾਕ। ਫਿਰ ਇੱਦਾਂ ਕਰਦੇ ਆ, ਆਪਾਂ ਨੂੰ ਸ਼ਹਿਰ ਜਾ ਹੀ ਆਉਣਾ ਚਾਹੀਦਾ ਹੈ। ਅੱਛਾ ਚੱਲ ਚੱਲੀਏ ਫਿਰ। ਬਾਈ ਜੀ ਸ਼ਹਿਰ ਚੱਲੇ ਹਾਂ, ਇਹਨਾਂ ਕੱਪੜਿਆਂ 'ਚ ਜਾਵਾਂਗੇ। ਹੁਣ ਇੱਕ ਵਿਸ਼ੇਸ਼ ਸੂਚਨਾ, ਹੁਣ ਰਣਜੀਤ ਸਿੰਘ ਤੇ ਬਿੱਲਾ ਜਾਣਗੇ ਸ਼ਹਿਰ, ਉਹ ਵੀ ਕੋਟ ਪੈਂਟ 'ਚ। ਇਹਨੂੰ ਦੇਖ ਲਓ ਵੱਡੇ ਬੰਦੇ ਨੂੰ, ਇਹਦਾ ਭਰਾ ਨਹੀਂ ਲੱਭਦਾ, ਇਹਨੂੰ ਖ਼ਬਰਾਂ ਦੀ ਪਈ ਆ। ਉਹ ਦੇਖ ਕਿਵੇਂ ਰੱਜੀ ਹੋਈ ਮੱਝ ਵਾਂਗੂ ਪਿਆ ਬਟਾਲੇ। ਉਹ ਕੀ ਗੱਲ ਸਿਰ ਫੜੀ ਬੈਠਾ, ਲੱਗਦਾ ਮੇਰੇ ਬਾਰੇ ਸੋਚ ਰਿਹਾ। ਦੱਸੋ ਕਿੱਥੇ ਮੁੰਡਾ ਤੇਰਾ, ਨਹੀਂ ਤਾਂ ਪਿਓ ਪੁੱਤ ਨੂੰ ਟੁੱਟੀਆਂ ਹੋਈਆਂ ਇੱਟਾਂ ਵਾਂਗੂ ਰੋਲ ਦੂੰ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰਾ ਕੋਈ ਮੁੰਡਾ ਨਹੀਂ, ਤੈਨੂੰ ਯਕੀਨ ਹੀ ਨਹੀਂ ਆਉਂਦਾ। ਹੋਰ ਸ਼ਟਾਮ ਤੇ ਲੈ ਕੇ ਦਿਆ ਤੈਨੂੰ ਮੈਂ ਆਵਾਜ਼। ਓ ਬਟਾਲੇ ਦੱਸ ਇਹਨੂੰ। ਉਹ ਗੱਲ ਥੋੜਾ ਰਹਿੰਦਾ ਵਿਆ, ਭਾਜੀ ਤਾਂ ਆਪਣੇ ਸਕੇ ਪਿਓ ਦਾ ਯਕੀਨ ਹੀ ਕਰਦੇ, ਤੂੰ ਤਾਂ ਫੇਰ ਰਹਿੰਦਾ ਵਾ ਜਿਹਨੂੰ ਇਹ ਵੀ ਨਹੀਂ ਪਤਾ ਕਿ ਤੇਰੇ ਨਿਆਣੇ ਕਿੰਨੇ ਆ। ਉਹ ਗੱਲ ਸੁਣੋ ਰਹਿੰਦਾ ਵੇ, ਦੱਸ ਦੇ ਮੈਨੂੰ ਕਿੱਥੇ ਆ, ਕਿਤੇ ਇਹ ਨਾ ਹੋਵੇ ਪੁੱਤ ਪਿਓ ਨੂੰ ਲੱਭਦਾ ਫਿਰੇ ਤੇ ਪਿਓ ਪੁੱਤ ਨੂੰ। ਦੱਸਾਂ ਫਿਰ ਤੈਨੂੰ, ਹੈਗਾ ਹੀ ਮੇਰਾ ਮੁੰਡਾ ਜਾਂ ਮੈਂ ਲਿਖਾਇਆ ਹੀ, ਲੱਭ ਲਾ ਕਰ ਲਾ ਯਾਰ ਜੋ ਤੂੰ ਕਰਨਾ। ਹਾਏ ਓਏ ਰੱਬਾ, ਮੈਂ ਲੁੱਟੀ ਗਈ, ਮੈਂ ਬਰਬਾਦ ਹੋ ਗਈ। ਹਾਂ ਵੇਖੋ ਮੇਰੇ ਘਰ ਵਾਲੇ ਨੇ ਨਾ ਬਾਹਰ ਵੀ ਨਿਆਣੇ ਕੀਤੇ ਆ, ਇਹਦੇ ਬਾਹਰ ਦੇ ਨਿਆਣਿਆਂ ਨੇ ਨਾ ਮੇਰਾ ਘਰ ਹੀ ਬਰਬਾਦ ਕਰ ਦਿੱਤਿਆ। ਹਾਏ ਰੱਬਾ ਮੈਂ ਲੁੱਟੀ ਗਈ। ਉਹ ਤੂੰ ਕਿਤੇ ਨਹੀਂ ਲੁੱਟੀ ਗਈ, ਇੱਕ ਤੇ ਤੈਨੂੰ ਲੁੱਟੇ ਜਾਣ ਦਾ ਬੜਾ ਸ਼ੌਕ ਚੜਿਆ ਰਹਿੰਦਾ। ਅੱਛਾ ਸ਼ੌਕ ਤਾਂ ਤੁਹਾਡੇ ਮੈਨੂੰ ਨਜ਼ਰ ਆ ਰਿਹਾ, ਆ ਜਿਹੜੀ ਕਰਤੂਤਾਂ ਕੀਤੀਆਂ ਤੁਸੀਂ ਸ਼ਹਿਰ ਆ ਕੇ, ਮੈਂ ਤੁਹਾਨੂੰ ਦੱਸਾਂ ਇੱਕ ਇੱਕ ਕਰਤੂਤ ਦਾ ਹਿਸਾਬ ਦੇ ਦਿਓ ਮੈਨੂੰ ਬੰਦੇ ਬਣ ਕੇ। ਓਏ ਆਪਣੇ ਹਿਸਾਬ ਕਿਤਾਬ ਦੀ ਗੱਲ ਬਾਅਦ ਚੋਂ ਕਰਿਓ, ਪਹਿਲਾਂ ਮੇਰੇ ਹਿਸਾਬ ਦੀ ਗੱਲ ਸੁਣੋ। ਇੱਕ ਹਫ਼ਤੇ ਦਾ ਟਾਈਮ ਦਿੰਦਾ ਤੈਨੂੰ ਮੈਂ, ਜੇ ਮੈਨੂੰ ਇਸ ਘਰ 'ਚ ਨਾ ਮਿਲਿਆ ਨਾ ਤਾਂ ਇਸ ਘਰ 'ਚ ਕੋਈ ਨਹੀਂ ਮਿਲਣਾ, ਸੁਣ ਗਿਆ? ਚੱਲ ਬਟਾਲੇ। ਆ ਵੀ ਦਿਨ ਵੇਖਣੇ ਸੀ, ਸਾਲਾ ਟੁੱਚਾ ਜਿਹਾ ਬੰਦਾ ਘਰੇ ਆ ਕੇ ਧਮਕੀ ਦੇ ਗਿਆ। ਇੱਧਰ ਆ ਸੱਚੀ ਸੱਚੀ ਨਾ ਆਪਣੇ ਦਿਲ ਦੇ ਹੱਥ ਰੱਖ ਕੇ ਆਪਣੀ ਇੱਕ ਇੱਕ ਕਰਤੂਤ ਦਾ ਹਿਸਾਬ ਦੇ ਦਿਓ, ਕੀ ਕੀ ਕਾਰਨਾਮੇ ਕੀਤੇ ਤੁਸੀਂ ਸ਼ਹਿਰ ਚ ਆ ਕੇ। ਉਹ ਹਿਸਾਬ ਕਿਤਾਬ ਛੱਡ, ਬੈਗ ਪੈਕ ਕਰ ਤੇ ਪਿੰਡ ਨੂੰ ਚੱਲੀਏ ਸ਼ੂਟਾਂ ਵੱਟ ਕੇ। ਓਹੋ ਅੱਛਾ, ਵਾਹ ਵੀ ਵਾਹ, ਬੱਲੇ ਤੇਰੇ, ਜਦ ਪੋਲ ਖੁੱਲਣ ਲੱਗੇ ਤੇ ਚੱਲ ਸ਼ੂਟਾਂ ਵੱਟ ਚੱਲੀਏ ਪਿੰਡ ਨੂੰ। ਮੈਂ ਤੁਹਾਨੂੰ ਦੱਸਾਂ ਮੈਂ ਕਿਤੇ ਨਹੀਂ ਜਾਣਾ, ਇੱਥੇ ਹੀ ਰਹਿਣਾ ਸ਼ਹਿਰ ਚ। ਆਹੋ ਤੂੰ ਕਦੋਂ ਜਾਣਾ ਪਿੰਡ, ਹੈ ਨਾ ਤੇਰਾ ਸ਼ਹਿਰ ਚ ਦਿਲ ਜੂ ਲੱਗ ਗਿਆ ਇਸ ਸ਼ਹਿਰ ਨਾਲ ਤੇ ਸ਼ਹਿਰ ਵਾਲਿਆਂ ਦਾ, ਤੈਨੂੰ ਭੁੱਲ ਗਏ ਯਾਰ ਪੁਰਾਣੇ ਨਵਿਆਂ ਦੇ ਗੱਲ ਲੱਗ ਕੇ। ਉਹ ਤੁਹਾਡੀ ਤਾਂ ਪੁਰਾਣੀ ਆਦਤ ਹੈ ਆਪਣੀਆਂ ਕੀਤੀਆਂ ਦੂਜਿਆਂ ਦੇ ਸਿਰ ਪਾਉਣ ਦੀ, ਤੁਹਾਡੀ ਇੱਕ ਇੱਕ ਕਰਤੂਤ ਦਾ ਜਦ ਤੱਕ ਮੈਂ ਹਿਸਾਬ ਨਾ ਲੈ ਲਿਆ, ਮੈਂ ਵੀ ਪਿਓ ਦੀ ਧੀ ਨਹੀਂ, ਮੈਂ ਵੀ ਇੱਥੇ ਹੀ ਰਹੂੰਗੀ, ਮੈਂ ਵੀ ਕਿਤੇ ਨਹੀਂ ਜਾਂਦੀ। ਬੇੜਾ ਗਰਕ ਹੋ ਜੇ ਉਹ ਤੇਰਾ ਗਰੇ ਵਾਲਾ, ਤੇਰੀ ਜਨਾਨੀ ਦਾ ਵੀ ਬੇੜਾ ਗਰਕ ਜੇ ਜਿਨ੍ਹਾਂ ਨੇ ਮੈਨੂੰ ਸ਼ਹਿਰ ਆਉਣ ਦੀ ਸਲਾਹ ਦਿੱਤੀ ਸੀ। ਲੜ ਜੇ ਉਹਦੇ ਖੱਬੇ ਭਰਵਾਟੇ ਤੇ ਭੂੰਡ। ਉਹ ਗਰੇਵਾਲ ਦਿਆਂ ਲੱਗਦੇ ਆ, ਕੱਲ ਘਰੇ ਆ ਘਰੇ, ਹੈ ਕੰਮ ਨਾ ਪੁੱਛ, ਕੰਮ ਤੈਨੂੰ ਮੈਂ ਮਿਲ ਕੇ ਹੀ ਦੱਸੂ। ਉਹ ਮੈਨੂੰ ਪਤਾ ਹੈ ਹਰਗੁਣ, ਕੀ ਕਰਾਂ, ਰੰਧਾਵਾ ਵੀ ਤਾਂ ਪਿੰਡ ਵਾਪਸ ਨਹੀਂ ਮੁੜਿਆ ਹਾਲ ਤੱਕ। ਉਹ ਮੈਂ ਕਰਦਾ ਯਾਰ, ਤੂੰ ਤੂੰ ਚਿੰਤਾ ਨਾ ਕਰ, ਬਸ ਦੇ ਮੈਨੂੰ ਇੱਕ ਦੋ ਦਿਨ ਟਾਈਮ। ਚੰਗਾ, ਰੰਧਾਵੇ ਨੇ ਵੀ ਸ਼ਹਿਰ ਹੋਣਾ ਹੀ ਆਉਣਾ ਸੀਗਾ। ਆ ਲਓ ਸਟਾਰਸ ਵੀ ਠੀਕ ਆ, ਤੁਹਾਡੇ ਲਾਈਫ ਵੀ ਓਕੇ ਆ ਜੀ, ਕਲਰਸ ਵੀ ਪੂਰੇ ਖਿੜੇ ਪਏ ਨੇ। ਕਿਹਾ ਸੀ ਨਾ ਤੁਹਾਨੂੰ, ਜੋਗਾ ਇਲੈਕਟ੍ਰੋਨਿਕਸ ਦਾ ਟੀਵੀ ਟਕਾ ਟਕ ਚੱਲੂਗਾ। ਲਓ ਸਰ, ਫੋਨ ਕੀਤਾ ਕਿਸੇ ਨੇ, ਬੁਲਾਇਆ ਇੱਥੇ, ਮੂੰਹ ਚੁੱਕ ਆ ਗਿਆ ਤੂੰ, ਚੱਲ। ਮੈਂ ਸਰ ਤੁਹਾਡੇ ਘਰ ਦੇ ਮੂਹਰੇ ਲੰਘ ਰਿਹਾ ਸੀਗਾ, ਉਹ ਸੋਚਿਆ ਜਾਂਦਾ ਜਾਂਦਾ ਆਪਣਾ ਟੀਵੀ ਚੈੱਕ ਕਰ ਚਲਾ ਹੈ। ਕੁਝ ਨਹੀਂ ਹੋਇਆ, ਟੀਵੀ ਨੂੰ ਠੀਕ ਹੈ, ਟੀਵੀ ਟੀਵੀ ਤਾਂ ਠੀਕ ਹੈ ਜੀ, ਪਰ ਲਵਲੀ ਲਵਲੀ ਲਵਲੀ
ਘਰੇ ਹੀ ਕੋਈ ਨਜ਼ਰ ਨਹੀਂ ਆ ਰਿਹਾ ਤੂੰ ਕਰਦਾ ਤਾਂ ਕੀ ਲੈਣਾ ਓਏ ਤੁਰਦਾ ਬਣੇ ਤੋ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਚਲੇ ਜਾਂਦਾ ਹੀ ਮੈਂ ਉਦਾਂ ਲਵਲੀ ਜੀ ਠੀਕ ਠਾਕ ਨੇ ਖਬਰਦਾਰ ਜੇ ਆਪਣੀ ਜ਼ਬਾਨ ਤੋਂ ਲਵਲੀ ਦਾ ਨਾਂ ਲਿਆ ਤਾਂ ਨਾਸਾ ਭੰਦੂ ਤਰੀਆਂ ਮੈਂ ਆਉ ਟਿੱਤਰਾ ਜਾ ਤੂੰ ਉਹ ਗੁੱਸਾ ਕਾਤੋਂ ਕਰੀ ਜਾਂਦੇ ਹੋ ਉਹਨੂੰ ਕਹਿ ਦਿਓ ਜੋਗਾ ਆਇਆ ਸੀ ਘਰਦਿਆਂ ਨੇ ਤੇਰਾ ਨਾਂ ਜੋਗਾ ਰੱਖਿਆ ਜੇ ਮੇਰਾ ਹੱਥ ਫਿਰ ਗਿਆ ਨਾ ਫਿਰ ਤੂੰ ਕਾਸੇ ਜੋਗਾ ਨਹੀਂ ਰਹਿਣਾ ਦਫਾ ਜਾ ਤੂੰ ਠੀਕ ਹੈ ਸਤਿ ਸ੍ਰੀ ਅਕਾਲ ਬੁਲਾ ਦਿਓ ਚਲੋ ਮੇਰੀ ਉਹਨੂੰ ਮਾਮਾ ਲਵਲੀ ਦਾ ਉਹ ਬੰਦ ਕਰ ਇਹਨੂੰ ਯਾਰ ਭਾਜੀ ਰੰਧਾਵਾ ਆਪਾਂ ਨੂੰ ਕੋਈ ਜ਼ਿਆਦਾ ਹੀ ਪਰੇਸ਼ਾਨ ਕਰਨ ਲੱਗ ਗਿਆ ਗੱਲ ਤਾਂ ਤੇਰੀ ਠੀਕ ਹੈ ਸਤਨਾਮ ਭਾਜੀ ਮੈਂ ਤਾਂ ਕਹਿੰਦਾ ਗੋਲੀ ਮਾਰ ਦੋ ਉਹਦੇ ਉਹ ਬਸ ਕਰ ਵੱਡਿਆ ਬਦਮਾਸ਼ਾ ਬਸ ਕਰ ਆਪ ਤੋਂ ਭਾਰਾ ਤੂੰ ਨਾ ਰੱਖੇ ਫਿਰਦਾ ਪਟਾਲਾ ਭਾਜੀ ਮੈਂ ਚਾਹੇ ਹਲਕਾ ਪਰ ਖਾਨਦਾਨ ਬਹੁਤ ਭਾਰਾ ਮੇਰਾ ਉਹ ਮੈਂ ਜਾਣਦਾ ਬਸ ਕਰ ਛੱਡੋ ਤੁਸੀਂ ਰੰਧਾਵੇ ਵਾਲਾ ਗੁੱਸਾ ਇਹਦੇ ਤੇ ਕਦੋਂ ਕੱਢੀ ਜਾਂਦੇ ਆ ਮੈਂ ਤੁਹਾਨੂੰ ਇੱਕ ਸਲਾਹ ਦੇਵਾਂ ਤੂੰ ਬਾਈ ਜੀ ਛੋਟਾ ਮੂੰਹ ਵੱਡੀ ਗੱਲ ਉਹ ਹੁਣ ਤੂੰ ਬੜੀਆਂ ਗੱਲਾਂ ਕਰੇਗਾ ਨਾਲ ਤੇਰਾ ਮੂੰਹ ਛੋਟਾ ਕਿੱਥੋਂ ਹੋ ਗਿਆ ਬਰਗਰ ਤੂੰ ਸਾਬਤਾ ਮੂੰਹ 'ਚ ਪਾ ਲੈਂਦਾ ਉਹ ਬਾਈ ਜੀ ਗੱਲ ਤਾਂ ਸੁਣ ਲਓ ਹਾਂ ਚੱਲ ਬੋਲ ਉਹ ਆਪਣਾ ਇੰਸਪੈਕਟਰ ਰਾਏ ਕੱਦ ਕੰਮ ਆਊ ਉਹਨੂੰ ਲਾਓ ਫੋਨ ਉਹ ਕੱਢੂ ਰੰਧਾਵੇ ਵਾਲਾ ਕੰਡਾ ਉਹ ਵਾਹ ਬਾਈ ਸਤਨਾਮ ਸਿਆ ਗੱਲਾਂ ਤੂੰ ਵੈਸੇ ਵੱਡੀਆਂ ਕਰਨ ਲੱਗ ਗਿਆ ਚੱਲ ਲਾ ਫੋਨ ਰਾਏ ਨੂੰ ਚਲੋ ਹੁਣੇ ਮਿਲਾਉਂਦਾ ਉਹ ਹੁਣ ਤੇਰੇ ਹੱਥਾਂ ਨੂੰ ਗੂੰਦ ਲੱਗ ਗਿਆ ਦਰਵਾਜ਼ਾ ਖੋਲ ਬਹਿਣਾ ਤੇਰੇ ਫੁੱਫੜ ਨੇ ਪੰਜ ਫੁੱਟੀਆ ਜਵਾਨ ਇੱਕ ਇਹਦੀ ਕਿਰਪਾਨ ਨਹੀਂ ਮਿਲਣ ਚਾਹੁੰਦੀ ਸਾਰਾ ਦਿਨ ਜਨਾਬ ਚੋਰ ਤਾਂ ਲੁਕਦੇ ਦੇਖੇ ਸੀ ਆ ਪੰਜਾਬ ਪੁਲਿਸ ਪਹਿਲੀ ਵਾਰ ਲੁਕਦੀ ਦੇਖੀ ਆ ਬਿਕਰ ਸਿਆ ਅੱਜ ਕੱਲ੍ਹ ਚੋਰਾਂ ਨੂੰ ਨਹੀਂ ਲੁਕਣਾ ਪੈਂਦਾ ਇੱਜ਼ਤ ਬਚਾਉਣ ਲਈ ਕਈ ਵਾਰ ਪੰਜਾਬ ਪੁਲਿਸ ਨੂੰ ਲੁਕਣਾ ਪੈਂਦਾ ਨਹੀਂ ਜਨਾਬ ਆਪਾਂ ਨੂੰ ਕੀ ਆ ਆਪਾਂ ਤਾਂ ਆਪਣੇ ਚਲਾਣਾ ਦਾ ਕੋਟਾ ਪੂਰਾ ਕਰਨਾ ਨਾਲੇ ਵੱਡੇ ਸਾਹਿਬ ਕਹਿੰਦੇ ਸੀ ਜੇ ਇਸ ਵਾਰ ਚਲਾਣਾ ਦਾ ਕੋਟਾ ਪੂਰਾ ਨਾ ਕੀਤਾ ਤੁਹਾਡੀ ਨੌਕਰੀ ਤਾਂ ਗਈ ਓਏ ਐ ਕਿਵੇਂ ਗਈ ਰਾਏ ਸਾਹਿਬ ਦੀ ਨੌਕਰੀ ਹੈ ਉਹ ਚੱਕ ਓਏ ਓਏ ਰੋਕ 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 ਹਾਂ ਰੋਕ ਰੋਕ ਹਾਂ ਬਈ ਕਿੱਧਰ ਮੂੰਹ ਚੱਕਿਆ ਓਏ ਹੈਲਮਟ ਨਹੀਂ ਪਾਇਆ ਓਏ ਸਿਰ ਪਾਇਆ ਆ ਪੈਸੇ ਨੀ ਹੈਗੇ ਪਲੀਜ਼ ਸਰ ਜਾਣ ਦੋ ਪਲੀਜ਼ ਸਰ ਓਏ ਸਵੇਰੇ ਸਵੇਰੇ ਗਾਹਕ ਟੱਕਰਿਆ ਉਹ ਵੀ ਤੇਰੇ ਵਰਗਾ ਮੇਰੇ ਗੱਲ ਆਏ ਆ ਅਸੀਂ ਤਾਂ ਆਪਣੇ ਚਲਾਨ ਪੂਰੇ ਕਰਨੇ ਹੀ ਆ ਹੈ ਇਹ ਆਹ ਲਾ ਫੜ 50 ਰੁਪਏ ਮੇਰੇ ਕੋਲੋਂ ਫੜ ਲਾ ਪਰ ਚਲਾਨ ਤਾਂ ਤੈਨੂੰ ਕਟਾਉਣਾ ਹੀ ਪੈਣਾ ਆ ਜਾ ਇੱਧਰ ਨੂੰ ਆ ਜਾ ਉਹ ਆ ਜਾ ਹੁਣ ਬੈਠਾ ਜਿੱਦਾਂ ਕੁੜੀ ਦੱਬ ਕੇ ਆਇਆ ਹੁਣ ਅੱਖਾਂ ਨੀਵੀਆਂ ਜਿਹੀਆਂ ਕਰਕੇ ਨਾ ਬਹਿ ਤੂੰ ਤੇ ਤੇਰੀ ਜਨਾਨੀ ਨੇ ਜਿਹੜਾ ਸਿਆਪਾ ਪਾਇਆ ਹੋਇਆ ਨਾ ਉਹ ਸ਼ਹਿਰ ਆ ਕੇ ਭੁਗਤਣਾ ਮੈਨੂੰ ਪੈ ਰਿਹਾ ਰੰਧਾਵਾ ਸਾਹਿਬ ਸ਼ਹਿਰ ਤਾਂ ਮੈਂ ਵੀ ਰਹਿੰਦਾ ਅਤੇ ਮੇਰੀ ਜਨਾਨੀ ਵੀ ਕੀ ਮਤਲਬ ਉਹ ਮਤਲਬ ਇਹ ਵੈ ਕਿ ਨਾ ਤਾਂ ਮੇਰੇ ਘਰ ਆ ਕੋਈ ਮੇਰੇ ਮੁੰਡੇ ਬਾਰੇ ਪੁੱਛਦਾ ਅਤੇ ਨਾ ਹੀ ਕੋਈ ਮੇਰੀ ਜਨਾਨੀ ਦੇ ਮਗਰ ਲੱਗਾ ਪਰ ਇਹ ਸਾਰੇ ਕਾਰਨ ਵਿੱਚ ਤੁਹਾਡੇ ਘਰ ਹੀ ਕਿਉਂ ਹੁੰਦੇ ਆ ਬਹੁਤ ਹੀ ਬਕਵਾਸ ਨਾ ਕਰੋ ਵੱਡਿਆ ਸਿਆਣਿਆ ਮੈਂ ਤੈਨੂੰ ਦੱਸਾਂ ਮੈਨੂੰ ਸਮਝ ਨਹੀਂ ਆ ਰਿਹਾ ਇਹ ਸਭ ਕੁਝ ਚੱਲ ਕੀ ਰਿਹਾ ਰੰਧਾਵਾ ਸਾਹਿਬ ਇੱਕ ਗੱਲ ਪੁੱਛਾਂ ਪੁੱਛ ਆਪਣੇ 'ਚ ਕੋਈ ਕਮੀ ਕੁਮੀ ਤਾਂ ਨਹੀਂ ਤੇਰੀ ਉਹ ਮੈਂ ਮਾਮਾ ਜਿਹੜਾ ਆਸਟ੍ਰੇਲੀਆ ਮੈਂ ਮੁੰਡਾ ਪੜ੍ਹਨ ਘੱਲਿਆ ਉਹ ਸੇਲ 'ਚੋਂ ਖਰੀਦਿਆ ਉਹ ਮੈਂ ਤਾਂ ਸਸਰੀ ਗੱਲ ਕੀਤੀ ਮਾਮਾ ਸਰਸਰੀ ਦਾ ਨਿਕਲੇ ਤੋ ਦਫਾ ਜਾ ਤੈਨੂੰ ਮੈਂ ਦੱਸਾਂ ਲੈ ਬੰਨ ਕੇ ਹਰੀ ਜੀ ਪੱਗ ਤੋਤਾ ਬਣਿਆ ਫਿਰਦਾ ਗੱਲ ਨਹੀਂ ਬਾਤ ਨਹੀਂ ਨਿਕਲੇ ਤੋ ਇਹ ਸਾਲਾ ਸਾਰਾ ਕੁਝ ਚੱਲ ਕੀ ਰਿਹਾ ਕੋਈ ਮੇਰੀ ਜਨਾਨੀ ਦੇ ਮਗਰ ਲੱਗਾ ਕੋਈ ਮੁੰਡੇ ਬਾਰੇ ਪੁੱਛ ਰਿਹਾ ਆਹ ਸਾਲਾ ਮੇਰੇ 'ਚ ਕਮੀ ਕਿਤੇ ਲਵਲੀ ਨੇ ਤਾਂ ਨਹੀਂ ਸੁਣ ਲਿਆ ਉਹਦੀ ਤਿਆਰ 'ਤੇ ਕੰਧਾਂ ਕੁੰਧਾਂ ਨਾਲ ਲੱਗੀ ਰਹਿੰਦੀ ਆ ਇਹ ਹੋ ਕੀ ਰਿਹਾ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਯਾ ਜੀ ਮੈਂ 2 ਦਿਨ ਬਾਅਦ ਜੁਆਇਨ ਕਰ ਲਵਾਂਗੀ ਥੈਂਕ ਯੂ ਜੋਗੇ ਨੂੰ ਫੋਨ ਕਰਦੀ ਹਾਂ ਉਹ ਲਵਲੀ ਕਿੱਥੇ ਆ ਤੂੰ ਜੋਗੇ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਉਹ ਮੈਂ ਵੀ ਤੈਨੂੰ ਦੱਸਣਾ ਸੀਗਾ ਕਿ ਮੈਂ ਤੇਰੇ ਘਰ ਜਾ ਕੇ ਆਇਆ ਸੀਗਾ ਕੀ ਤੂੰ ਘਰੇ ਗਿਆ ਸੀ ਤੇ ਮੈਨੂੰ ਲੱਗਦਾ ਕਿ ਤੇਰੇ ਡੈਡੀ ਨੂੰ ਆਪਾਂ ਦੋਵਾਂ 'ਤੇ ਸ਼ੱਕ ਹੋ ਗਿਆ ਹੈਲੋ 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 ਬੈਟਰੀ ਨੂੰ ਵੀ ਹੁਣੇ ਬੰਦ ਹੋਣਾ ਸੀ
मौका रंधावा के सिर पर खड़ा होना आके भाई कर यार सहन भाई मैं नहीं करता कर यार गोली गोली बज जाती होंगी है कर मैं नहीं करने भाई ये नहीं सहन करता वो करता क्या मारा डाले हाँ भाई करने सहन के खोपर फाड़ा तेरा गोली नाल बरदार होए इंस्पेक्टर राय दे इलाके च गुंडा कर दी एक एक गोली का हिसाब देना पऊ क्यों बेकर थे जीत ना किवें आ राय जावां गेट ओए होए किमें बेचारे अंकल का मूँह सुकाया पिया है ना ना कोई नहीं घबराना नहीं है चलो निकलो बह बह के कर दे बाद च प्यार ना गल है ओ महाराज यहोजे छोटे मोटे कमां लई इंस्पैक्टर राय नू याद कर लिया करो क्यों बिकर सिंह जी जनाब एदे लई नहीं बुलाया तैनू अच्छा मैनू तो होर कम सी यार हुकम एक मुंडा खेड गया मुंडे तो खेडते होंगे ने क्यों बिकर सिंह जी जनाब वो मेरी भैन चाल खेड गया अच्छा की ना सी उदा मनु रंधावे दा मुंडा वो गोविंद वैली वाला रंधावा आहो ब्याह नू नहीं मानते हुण प्यो मानदा नहीं ते पुत लभदा नहीं इंस्पैक्टर राय लभ तां लियाऊ पर इंस्पैक्टर राय नू की लभू ओ मैं जानदा तैनू चंगी तरह शुरू तो जानदा तैनू भी मिल जू सब कुछ पर एक गल सुन ला कन्न खोल के यारी निभा दी कल 12 बजे तक ना मैनू मनू इत्थे चाहिदा इत्थे 11 बज के 59 मिनट ते इत्थे हो क्यों बिकर सी जी जनाब चलिए फिर चलो चंगा जय हिंद पता नहीं सच पता लगन तो बाद चूका मेरे बारे की सोचोगा पर आज नहीं तो कल सच तो सामने आना ही है मैंने चूके नु सच दस देना चाहिए पर फोन ते नहीं सवेरे मिलके दसांगे आई लव यू मेरी लवली आई लव यू तू रंधावे तो ना डरिया कर ते उदी कोई परवाह कर ठीक दो दिन बाद तैनू इथों लैके उडारी मार जावांगा मिर्जे ने लिख साहबा पाया मिर्जा ते मेरे हाथों मरेगा मरेगा मैं साहबा की गिटी भी ओ हां अमरू किवे आ ओ पता लगा कुछ रंधावा साहब कदों पिंड वापस जा रहे ने ओ मैं ठीक हाँ यार वो अपने के यार दोस्त दी बंजर जी कोठी च रह रहे हैं ओ हाँ हर गुनु पता मैं इत्थे हाँ उन्हूं दस्या चंगा तू इत्थे करदी वी ओही बैग लैके लगदा कितें घूमन चली है घूमन नहीं चली हाँ घरों भज के आई हाँ मैं घरों भज के आई है वो कमली हो गई है मैं आप तेरे भरा दे डर तो आ देख बिना रंग वाले दीवारां दे नाल बेरंग जिंदगी जी रहा
तो तू घर छड़ के आ गई है, होर स्यापा पाई है मेरे लिए। ते होर मैं की करा की करा, मैं राजवीर वीरे ने ना इंस्पेक्टर राय नू तेरे मगर लाया तेनू लभन दे लई। इंस्पेक्टर राय नू एक कुत्ता घट सी, जेड़ा दूजा सुया कुत्ता मेरे मगर लाता। तू मेरे वीरे नू कुत्ता कह रही है? ओ नहीं 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 नहीं, मैं तेरे भरा नू कुत्ता नहीं कह रहा, मैं अपने आप नू बिल्ली कह रहा। फालतू गल्लां करनियां बंद कर ते पैकिंग कर लै, आपां इसे वक्त ते शहर छड्ड के जाना है। ओ ठंड रख ठंड रख, उबल दो दुत ना पानी छिट्टा मार ते बह, इत्थे बह जा ते आ पी पानी। ते सोचन दे मैनू करना की है, पहला अज रंधावा सी, फिर राजवीर, फिर राय, सारे सारे तीनों मेरी जड़ा च बैठे है, उत्तों तू आ गई है। ओ बाबा जी करो कुछ, मैं मरवाना तेनू उड़ा रही है, मार मार अपने उस दो टक दे आशिक नु आवाज हुण, जे टकरे ना कर देते तो मैनू रंधावा साहब एडा गुस्सा ओ होया की एडी बड़ी गल की होगी, कोई गलतफहमी तो हो सकती है। ओ परा हो जा, कोई गलतफहमी नहीं हुई, आ वे चिट्ठी जे पाई फिरदा दे आशिक दी लिखी हुई, मैं उड्डन दा प्रोग्राम बना के बैठी उड्डन दा। ओ केड़ा उड्डन दा प्रोग्राम, मैनू कुछ नहीं समझ लग रहा तुसी की कह रहे हो। तैनू कुछ समझ नहीं लग्या पर मैं सब समझ गया, तेरे रंगा नू क्रिकेट क्रिकेट वांगू रंग बदल दिया तू है, कभी ऐदां दे कपड़े कभी ऐदां दा हेयर स्टाइल है, सब जानदा मैं जिहड़े तू रंग विखाए ने मैनू। हां ओ मेरा ते उड्डन बेड़ा करके जिद्दण तेरे नाल लावां लईआं, मैं जिद्दण मैं तैनू लैके शहर आ गया, अपनी सारिया कालिया करतूत मेरे सिर मनना चाहते हो, तुसी वड्डे चलाक कारनामे आप कर दे हो ते मेरे सिर इल्जाम लगांदे हो। केड़ा कारनामे होए? ਉਹ ਤੁਸੀਂ ਟੀਵੀ ਵਾਈ ਨੂੰ ਇੱਥੇ ਬੁਲਾ ਲਓ, ਉਹ ਸਾਰਾ ਸੱਚ ਆਪੇ ਸਾਹਮਣੇ ਆ ਜਾਊਗਾ। ਮੈਂ ਕਰਦਾ ਫੋਨ, ਮੈਂ ਕਰਦਾ ਫੋਨ, ਬੁਲਾ ਲਓ, ਮੈਂ ਕਰਦਾ ਫੋਨ, ਕਰੋ ਕਰੋ। ਓਏ ਤੁਸੀਂ ਲਵਲੀ ਨੂੰ ਕੁਝ ਨਾ ਕਿਹਾ, ਆ ਸਾਲਾ ਫੋਨ ਤੇ ਵੀ ਲਵਲੀ ਨੂੰ ਨਹੀਂ ਕਰੀ ਜਾਂਦਾ ਆਪਣਾ ਨੰਬਰ ਮੈਨੂੰ। ਓਏ ਵੱਡੇ ਆਸ਼ਕਾ, ਕੀ ਸੇ ਪਾਪਾ ਆਇਆ ਤੂੰ ਇੱਥੇ, ਮੇਰੇ ਘਰ ਤੈਨੂੰ ਐ ਸਿਖਾਇਆ ਲੋਕਲ ਘਰ ਪਟਨੇ? ਓਏ ਓਏ ਤਰੀਕੇ ਨਾਲ ਗੱਲ ਕਰ, ਲੱਗਦਾ ਤਾਂ ਆਇਆ ਜਿਵੇਂ ਕਿਸੇ ਫੁਕਰੇ ਖਾਨਦਾਨ ਤੋਂ ਤਾਲੁਕ ਰੱਖਦਾ ਹੋਵੇ ਤੂੰ, ਗੱਲਾਂ ਇੱਜ਼ਤੀਆਂ ਕਰਦਾ। ਨਾਲੇ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲਓ ਤੁਸੀਂ, ਲਵਲੀ ਮੇਰਾ ਪਿਆਰ ਹੈ, ਨਾ ਤਾਂ ਤੂੰ ਉਹਨੂੰ ਮੇਰੇ ਤੋਂ ਖੋ ਸਕਦਾ ਅਤੇ ਨਾ ਹੀ ਤੇਰਾ ਰੰਧਾਵਾ। ਓਏ ਵੱਡਿਆ ਭਲਵਾਨਾ, ਤੇਰੀ ਲਵਲੀ ਇੱਥੇ ਹੀ ਹੈ, ਇੱਥੇ ਆ ਜਾ ਅਤੇ ਸਾਰੀ ਭਲਵਾਨੀ ਕੱਢਦਾ ਮੈਂ। ਲਵਲੀ ਉੱਥੇ? ਮੈਂ ਆਉਣਾ ਤੁਹਾਡੇ ਘਰ, ਹੁਣੇ ਆਇਆ ਮੈਂ। ਤੁਸੀਂ ਠੀਕ ਕਹਿੰਦੇ ਸੀਗੇ, ਇਹ ਆਉਣ ਲੱਗਾ ਇੱਥੇ, ਹੁਣ ਦੇਖਦੇ ਕੀ ਹੁੰਦਾ। ਚੁੱਕੇ ਦਾ ਮੈਸੇਜ? ਰੰਧਾਵੇ ਦੇ ਘਰ ਜਾ ਰਿਹਾ, ਲੱਗਦਾ ਮੈਨੂੰ ਉੱਥੇ ਜਾ ਕੇ ਸਭ ਸੱਚ ਦੱਸਣਾ ਪੈਣਾ। ਛੋਟੀਆਂ ਹੋਣ ਨਾ ਉੱਥੇ ਚੋਰੀ ਆਉਂਦੇ ਆ। ਕੀ ਮਤਲਬ? ਓਏ ਬਕਵਾਸ ਬੰਦ ਕਰ ਓਏ ਗਰੇਵਾਲਾ, ਤੁਸੀਂ ਸਾਰੇ ਆਪਣੀ ਬੋਲੀ ਜਾਓਗੇ ਜਾਂ ਮੇਰੀ ਵੀ ਕੁਛ ਸੁਣੋਗੇ? ਓਏ ਟੀਵੀ ਮਾਸਟਰ ਇੱਧਰ ਆ ਜਰਾ, ਦੱਸ ਸਾਰਿਆਂ ਨੂੰ ਜਰਾ ਮੈਂ ਤੈਨੂੰ ਕਦੋਂ ਕਿਹਾ ਆਈ ਲਵ ਯੂ? ਤੇ ਮੈਂ ਤੁਹਾਨੂੰ ਕਦੋਂ ਕਿਹਾ ਆਈ ਲਵ ਯੂ? ਮੈਂ ਤਾਂ ਆਪਣੀ ਲਵਲੀ ਨੂੰ ਆਈ ਲਵ ਯੂ ਕਿਹਾ, ਗੱਲਾਂ ਮਾਰੀ ਜਾਂਦੇ ਇਹ। ਤੂੰ ਬੰਦਾ ਕਿ ਚੰਦ ਭਾਂਦਾ ਟੈਸ਼ਨ ਆ ਓਏ, ਹੈ ਇੱਕ ਪਾਸੇ ਕਹੀ ਜਾਂਦਾ ਆਈ ਲਵ ਯੂ, ਇੱਕ ਪਾਸੇ ਕਹਿੰਦਾ ਮੈਂ ਜਾਣਦਾ ਹੀ ਨਹੀਂ ਆ। ਉਹ ਮੈਂ ਆਪਣੀ ਲਵਲੀ ਦੀ ਗੱਲ ਕਰ ਰਿਹਾ, ਰੰਧਾਵੇ ਦੀ ਕੁੜੀ ਦੀ। ਕੁੜੀ? ਹਾਂ ਤੁਹਾਡੀ ਕੁੜੀ ਦੀ। ਮੇਰੀ ਕਿਹੜੀ ਕੁੜੀ ਓਏ? ਆਹ ਦੇਖੋ ਦੱਸੋ, ਉਹ ਜਦੋਂ ਦੇ ਪਿੰਡੋਂ ਸ਼ਹਿਰ ਆਏ ਨਿਆਣੇ ਜੰਮੀ ਜਾਂਦੇ, ਕਦੀ ਮੁੰਡਾ ਕਦੀ ਕੁੜੀ, ਹਾਏ ਰੱਬਾ ਪਤਾ ਨਹੀਂ ਸ਼ਹਿਰ 'ਚ ਕਿੰਨੇ ਹੋਰ ਨਿਆਣੇ ਘੁੰਮਦੇ ਹੋਣੇ, ਹਾਏ ਮੈਂ ਲੁੱਟੀ ਗਈ ਓਏ। ਉਹ ਕਿਹੜੇ ਨਿਆਣੇ ਯਾਰ,
ਧਰਮ ਨਾਲ ਮੇਰੇ ਨਿਆਣੇ ਮੈਨੂੰ ਨਹੀਂ ਪਤਾ ਜਿਹੜਾ ਸਾਲਾ ਐਰਾ ਕਰਾ ਨੱਥੂ ਖੇਰਾ ਹੁੰਦਾ ਉਹ ਹੀ ਮੈਨੂੰ ਆਪਣਾ ਪਿਓ ਬਣਾ ਲੈਂਦਾ ਉਹ ਤੁਸੀਂ ਬਾਲੇ ਡਰਾਮੇ ਨਾ ਕਰੀ ਜਾਓ ਲਵਲੀ ਨੂੰ ਬਾਹਰ ਕੱਢੋ ਉਹ ਮਾਮਾ ਇੱਥੇ ਜਿਹੜੀ ਲਵਲੀ ਰਹਿੰਦੀ ਆ ਉਹ ਆ ਖਲੋਤੀ ਆ ਉਹ ਠਹਿਰੋ ਮੈਂ ਆਪਣੀ ਲਵਲੀ ਦੀ ਗੱਲ ਕਰਦਾ ਮੇਰੀ ਗੱਲ ਸੁਣੋ ਤੇ ਕੋਈ ਨੰਬਰ ਹੈਗਾ ਲਵਲੀ ਦਾ ਹੈਗਾ ਬੁਲਾ ਉਹਨੂੰ ਇੱਥੇ ਆ ਲੋ ਹੁਣੇ ਕਲੀਅਰ ਹੋ ਜਾਊਗਾ ਮੈਂ ਹੁਣੇ ਬੁਲਾਉਣਾ ਕਿਵੇਂ ਖਰੂ ਪਾਇਆ ਸਾਰੇ ਨੇ ਉਰੇ ਹੈਲੋ ਜੋਗੇ ਫੋਨ ਕਰਨ ਦੀ ਲੋੜ ਨਹੀਂ ਆ ਦੇਖ ਲਓ ਆ ਮੇਰੀ ਲਵਲੀ ਰੰਧਾਵੇ ਤੇਰੀ ਕੁੜੀ ਹੈ ਇਹ ਇਹਨਾਂ ਦੀ ਕੁੜੀ ਹੈ ਨਹੀਂ ਉਹ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਇਹ ਤਾਂ ਉਹੀ ਸਰਮੁੰਨੀ ਹੈ ਜਿਹਨੂੰ ਦੇਖ ਦੇਖ ਕੇ ਇਹਦੇ ਪਜਾਮੇ ਡਿੱਗਦੇ ਰਹਿੰਦੇ ਆ ਕੀ ਬਕਵਾਸ ਕਰੀ ਜਾਂਦੀ ਆ ਤੂੰ ਜੋ ਮੂੰਹ ਜਾਂਦਾ ਬੋਲੀ ਜਾਂਦੀ ਆ ਉਹ ਕੁੜੀਏ ਉਹ ਰੱਬ ਦਾ ਵਾਸਤਾ ਇਹਨਾਂ ਨੂੰ ਦੱਸ ਮਾਮਲਾ ਕੀ ਆ ਮੈਂ ਸਾਰਿਆਂ ਨੂੰ ਸੱਚ ਦੱਸਦੀ ਆ ਦੱਸ ਸਭ ਤੋਂ ਪਹਿਲਾਂ ਮੈਂ ਆਪਣੇ ਝੂਠ ਲਈ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਮੇਰਾ ਮੁੰਡਾ ਕਿੱਥੇ ਆ ਅੱਜ ਕਹਿੰਦਾ ਮੇਰੀ ਭੈਣ ਕਿੱਥੇ ਆ ਓਏ ਓਏ ਆ ਵੇਖ ਮੇਰੇ ਹੱਥ ਬੱਧੇ ਗੁਰੂਆ ਉਹ ਤੂੰ ਕਿਸੇ ਗਵਾਚੇ ਦੀ ਭਾਲ ਵਾਲੇ ਦਫ਼ਤਰ 'ਚ ਜਾ ਉੱਥੇ ਤੇਰਾ ਕੰਮ ਬਣੂ ਨਹੀਂ ਤੇ ਕੋਈ ਮੈਥੋਂ ਇਨਾਮ ਨੂੰ ਲੈਣਾ ਤੇ ਲੈਲਾ ਭਰਾਵਾ ਉਹ ਇਹਨਾਂ ਨੇ ਆਏ ਨਹੀਂ ਮੰਨਣਾ ਓਏ ਉਹ ਬਟਾਲੇ ਆ ਉਹ ਸਤਨਾਮ ਉਹ ਬੁਲਾ ਮੁੰਡਿਆਂ ਨੂੰ ਸਾਰਿਆਂ ਨੂੰ ਬਾਹਰੋਂ ਤੇ ਇਕੱਲੇ ਇਕੱਲੇ ਨੂੰ ਚੱਕ ਕੇ ਬੰਨ ਕੇ ਉਹ ਤਬੇਲੇ 'ਚ ਲੈ ਕੇ ਚੱਲੋ ਉਹ ਚੱਕਣਾ ਚੱਕ ਲਓ ਸਾਰਿਆਂ ਨੂੰ ਸਾਡੇ ਮਗਰ ਕਾਹਨੂੰ ਪਏ ਆ ਉਹ ਅਸੀਂ ਕੁੱਤੇ ਓਏ ਜਿਹੜੇ ਤੁਹਾਡੇ ਮਗਰ ਪਾਵਾਂਗੇ ਓਏ ਅਸੀਂ ਤੁਹਾਨੂੰ ਕਿਹਾ ਤੁਸੀਂ ਕੁੱਤੇ ਆ ਤੁਸੀਂ ਆਪੇ ਸਮਝੀ ਜਾਂਦੇ ਹੋ ਅਸੀਂ ਕੀ ਕਰੀਏ ਸਾਡੀ ਕੀ ਗਲਤੀ ਹੈ ਸਾਨੂੰ ਛੱਡ ਦਿਓ ਆਹ ਕਿਹਦਾ ਬਲੈਲਰ ਜਿਹਾ ਮੇਰਾ ਓਏ ਇਹਨਾਂ ਨੂੰ ਬੰਨੋ ਇਹਨਾਂ ਨੂੰ ਬੰਨੋ ਸਾਰਿਆਂ ਚੱਕ ਕੇ ਲੈ ਕੇ ਆਓ ਰੰਧਾ ਫਿਰ ਥੋੜਾ ਚੰਗੀ ਤਰ੍ਹਾਂ ਨੂੜ ਲਿਓ ਆ ਨਵਾਂ ਸਿਆਪਾ ਪੈ ਗਿਆ ਬਸ ਸਾਰੇ ਸਿਆਪੇ ਤੂੰ ਹੀ ਪਾਏ ਹੋਏ ਆ ਹੁਣ ਭੁਗਤੋ ਅੱਜ ਪਤਾ ਲੱਗ ਰਹੂ ਲਵਲੀ ਤੇ ਉਹ ਬੁੜੇ ਦਾ ਚੱਕਰ ਹੈ ਕਿ ਜਾਣੇ ਆ ਪਤਾ ਲੈਣ ਅੱਜ ਕਿੱਧਰ ਜਨਾਬ ਮਨੂ ਆ ਬੈਠਾ ਲੁਕਿਆ ਨਹੀਂ ਜੀ ਮੈਂ ਹੈਪੀ ਹਾਂ ਓਏ ਜਨਾਬ ਬਾਹਰ ਮੈਨੂੰ ਬੰਦਿਆਂ ਨੇ ਦੱਸਿਆ ਇਹ ਮਨੂ ਦਾ ਕਮਰਾ ਝੂਠ ਬੋਲਦਾ ਓ ਨਹੀਂ ਜੀ ਨਹੀਂ ਮੈਂ ਤਾਂ ਮਨੂ ਦੇ ਕੋਲ ਰਹਿਣ ਆਇਆ ਜੀ ਮੈਂ ਹੈਪੀ ਓਏ ਜਨਾਬ ਤੁਹਾਡਾ ਗੁੱਸਾ ਦੇਖ ਕੇ ਡਰ ਗਿਆ ਇਹ ਮਨੂ ਆਇਆ ਜੀ ਓ ਨਹੀਂ ਜੀ ਨਹੀਂ ਮੈਂ ਝੂਠ ਨਹੀਂ ਬੋਲਦਾ ਜੀ ਝੂਠ ਬੋਲਦਾ ਨਹੀਂ ਜੀ ਬਾਈ ਮੈਂ ਸੱਚ ਬੋਲਦਾ ਜੀ ਸੱਚ ਬੋਲਦਾ ਸੱਚ ਬੋਲਦਾ ਬਾਈ ਮੈਂ ਝੂਠ ਹੀ ਬੋਲਦਾ ਜੀ ਆ ਚੱਕ ਜਨਾਬ ਥੋੜੀ ਜਿਹੀ ਸੇਵਾ ਕਰ ਲਵਾਂ ਓਹੋ ਕੁੜੀ ਦਾ ਕੀ ਚੱਕਰ ਹੈ ਇਹ ਮੈਨੂੰ ਦੱਸੋ ਉਹ ਤੁਹਾਡੀ ਕਾਂਵਾਂ ਰੌਲੀ ਦੇ ਚੱਕਰਾਂ ਵਿੱਚ ਅਸੀਂ ਉਹੀ ਬੰਨੇ ਗਏ ਉਰੇ ਉਹ ਤੁਸੀਂ ਬੰਨੇ ਪਏ ਹੋ ਤੇ ਅਸੀਂ ਕੁਰਸੀ ਤੇ ਬੈਠੇ ਆ ਕੁਰਸੀ ਤੇ ਬੈਠੇ ਉੱਥੇ ਲਵਲੀ ਤੂੰ ਸੱਚ ਕਿਉਂ ਨਹੀਂ ਦੱਸਦੀ ਇਹਨਾਂ ਨੂੰ ਮੈਂ ਰੰਧਾਵੇ ਦੀ ਕੁੜੀ ਨਹੀਂ ਆ ਆ ਸੁਣ ਲੈ ਖੁੱਲ ਜਾਣ ਦਿਓ ਮੈਨੂੰ ਇੱਕ ਵਾਰ ਤੁਹਾਨੂੰ ਮੈਂ ਉਹ ਰੰਧਾਵਾ ਹਿਲਣਾ ਮੈਨੂੰ ਝੂਠ ਬੋਲਿਆ ਲਵਲੀ ਜੋਗੇ ਮੈਂ ਤੇਰੇ ਸ਼ੋਰੂਮ 'ਚ ਜੌਬ ਮੰਗਣ ਆਈ ਸੀ ਤੇ ਤੂੰ ਮੈਨੂੰ ਰੰਧਾਵੇ ਦੀ ਕੁੜੀ ਸਮਝ ਲਿਆ ਮੈਨੂੰ ਜੌਬ ਦੀ ਲੋੜ ਸੀ ਇਸ ਲਈ ਮੈਂ ਤੇਰੀ ਗਲਤ ਫਹਿਮੀ ਨੂੰ ਯਕੀਨ 'ਚ ਬਦਲਦਾ ਪਰ ਮੈਂ ਇਹ ਸਭ ਜੌਬ ਦੇ ਲਈ ਕੀਤਾ ਮੈਂ ਫਿਰ ਵੀ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦੀ ਹਾਂ ਤੇ ਜੋ ਕਿ ਤੂੰ ਵੀ ਮੈਨੂੰ ਮਾਫ਼ ਕਰ ਦੇ ਏ ਕੁੜੀਏ ਚੁੰਝ ਬੰਦ ਕਰ ਆਪਣੀ ਓਏ ਰੰਧਾਵਿਆ ਉਹ ਬੰਨਿਆ ਹੋਇਆ ਵੀ ਟੱਪੀ ਜਾਂਦਾ ਤੂੰ 5 ਮਿੰਟਾਂ 'ਚ ਇੰਸਪੈਕਟਰ ਰਾਏ ਤੇਰੇ ਮੁੰਡੇ ਮਨੂੰ ਲੈ ਕੇ ਇੱਥੇ ਆ ਰਿਹਾ ਆਸਟ੍ਰੇਲੀਆ ਤੋਂ ਓਏ ਆ ਨਹੀਂ ਰਿਹਾ ਆ ਚੱਕੋ ਇੰਸਪੈਕਟਰ ਰਾਏ ਤਾਂ ਆ ਗਿਆ ਆ ਚੱਕ ਆਪਣਾ ਮਨੂ ਓਏ ਉਹ ਆ ਕਿਹੜਾ ਮਨੂ ਓਏ ਓਏ ਤੇਰਾ ਮਨੂ ਨਹੀਂ ਇਹ ਤਾਂ ਮੇਰਾ ਆਗਾਜ਼ ਹੈ ਥਾਣੇਦਾਰ ਨਹੀਂ ਪਾਰਲਰ ਗਈ ਸੀ ਇਹਨੂੰ ਮੈਨੂੰ ਫੜਾ ਗਈ ਇਹਨਾਂ ਪੁਲਿਸ 'ਚ ਭਰਤੀ ਕਰਾਤਾ ਓਏ ਤੂੰ ਚੁੱਪ ਕਰੋ ਮੁਛੜਾ ਓਏ ਬੇਕਰ ਸਿਆ ਆ
ਹੁਣ ਇੱਥੇ ਵੀ ਕੁੱਟੋਗੇ? ਉਹ ਆ ਕਿਹਨੂੰ ਫੜ ਲਿਆ ਤੁਸੀਂ? ਇਹ ਮਨੂ, ਉਹ ਇਹ ਮਨੂ ਥੋੜਾ ਹੈ। ਉਹ ਮੈਂ ਮਨੂ ਨਹੀਂ ਹੈਗਾ, ਮੈਂ ਹੈਪੀ ਆ, ਮੈਂ ਹੈਪੀ। ਓ ਇਧਰ ਮੂੰਹ ਕਮਾ ਓਏ, ਤੂੰ ਉਹ ਹੀ ਆ ਨਾ ਪਲੇਰਾ ਸਪੇਰਾ ਵਾਲਾ ਹੈ, ਅੱਜ ਫੇਰ ਮਾਂਜਾ ਲੋ ਆਇਆ ਈ। ਓ ਰਾਏ, ਤੈਨੂੰ ਇੱਕ ਫ੍ਰੀ ਸਲਾਹ ਦਵਾਂ, ਉਹ ਤੂੰ ਇਹਨਾਂ ਚਤਰ ਨਾ ਬਣਿਆ ਕਰ ਯਾਰ। ਨਹੀਂ ਬਣਦੇ, ਕਿਉਂ ਬਿਕਰ ਸਿਆ ਜੀ? ਜਨਾਬ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੈਨੂੰ ਇੰਸਪੈਕਟਰ ਕਿਹਨੇ ਭਰਤੀ ਕਰ ਲਿਆ। ਉਹ ਤੁਹਾਡੀ ਚਤਰਾਈ ਚ ਮੈਂ ਰਗੜਿਆ ਪਿਆ। ਉਹ ਲਵਲੀ, ਤੂੰ ਤਾਂ ਪਛਾਣਦੀ ਹੈ ਮੈਨੂੰ। ਉਹ ਤੂੰ ਇਹਨੂੰ ਜਾਣਦਾ ਓਏ? ਉਹ ਲਵਲੀ, ਤੂੰ ਇੱਥੇ ਕਿਵੇਂ? ਉਹ ਚੁੱਪ ਕਰ ਜਾ, ਲਵਲੀ ਮੇਰੀ ਆ। ਉਹ ਚੁੱਪ ਕਰੋ, ਮਿਲ ਦਿਨੇ ਆ ਤੁਸੀਂ। ਉਹ ਲਵਲੀ, ਤੂੰ ਕਿਉਂ ਨਹੀਂ ਬੋਲਦੀ? ਓਏ ਹੈਪੀ, ਆ ਕੀ ਹਾਲ ਬਣਾਇਆ? ਭਾਈ, ਤੈਨੂੰ ਮੈਂ ਪਹਿਲਾਂ ਹੀ ਕਿਹਾ ਤਾ, ਇਹਨੂੰ ਕੱਲੇ ਨੂੰ ਸ਼ਹਿਰ ਦਾ ਪੇਜ ਦੇਖ, ਆਸ਼ਕੀ ਚ ਕੀ ਹਾਲ ਕਰਿਆ ਇਹਨੇ। ਓ ਵੀਰੇ, ਹੁਣ ਦੱਸੋ ਤੁਹਾਨੂੰ ਸਾਰਿਆਂ ਨੂੰ ਵੀਰਾ ਮੇਰਾ। ਓਏ, ਉਹ ਮੈਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਇਸ ਕੁੜੀ ਦੇ ਚੱਕਰ ਚ ਨਾ ਪੈ, ਆ ਕੀ ਹਾਲ ਕਰਾ ਲਿਆ ਦੇਖ ਲੈ। ਓਏ ਆ ਵੇਖ ਲਾ, ਇਹਦੇ ਪਿੱਛੇ ਤਾਂ ਸਵਾਰੀ ਰੰਗ ਦੇ ਅੰਗਰੇਜ਼ ਵੀ ਪਏ ਫਿਰਦੇ ਆ। ਓਏ ਮੇਰੀ ਲਵਲੀ, ਇਹ ਕੋਈ ਨਹੀਂ ਹੈਗਾ ਇਹਦੇ ਮਗਰ ਹੋਰ। ਓਏ ਚੁੱਪ ਕਰ, ਓਏ ਡਰਾਮੇ ਬਾਜੋ। ਉਹ ਪਹਿਲਾਂ ਮੈਨੂੰ ਐ ਦੱਸੋ, ਇਹਦਾ ਹੱਲ ਕੀਤਾ ਕਿਹਨੇ ਆ? ਮੈਂ ਕੀਤਾ। ਕਿਉਂ ਕੀਤਾ? ਦੱਸਾਂ ਦੱਸਾਂ ਕਿਉਂ ਕੀਤਾ? ਵੀਰੇ ਭਾਜੀ, ਮੈਂ ਤਾਂ ਆਪਣੇ ਭਰਾ ਨੂੰ ਲੈਣ ਆਇਆ ਸੀ ਜੀ। ਮੂੰਹ ਬੰਦ। ਲਵਲੀ, ਚੁੱਪ ਹੋ ਤੂੰ ਵੀ। ਸਤਿ ਸ੍ਰੀ ਅਕਾਲ ਭਾਜੀ। ਆ ਕਿਹੜਾ ਆ ਗਿਆ ਓਏ? ਸ਼ਹਿਰ ਕਮਲਾ ਕਰਤਾ ਤੇ ਅੱਧਾ ਸ਼ਹਿਰ, ਆ ਦੇਖ ਲਾ ਮੇਲਾ ਤੇਰੇ ਕਰਕੇ ਲੱਗਾ ਸਾਰਾ ਇੱਥੇ। ਓ ਭਾਜੀ, ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਪਹਿਲਾਂ। ਗੱਲ ਤਾਂ ਸੁਣੋ ਤੇਰੀ ਭਾਜੀ, ਮੇਰੀ ਪੂਰੀ ਗੱਲ ਸੁਣੋ ਭਾਜੀ। ਨਾ ਤਾਂ ਮੈਂ ਰੰਧਾਵਾ ਸਾਹਿਬ ਦਾ ਮੁੰਡਾ ਤੇ ਨਾ ਹੀ ਰੰਧਾਵਾ ਸਾਹਿਬ ਨੇ ਤੁਹਾਡੀ ਭੈਣ ਨੂੰ ਲੁਕੋਇਆ। ਇਹ ਸਭ ਕੁਛ ਮੈਂ ਕੀਤਾ, ਉਹ ਵੀ ਹਰਗੁਣ ਦੇ ਪਿਆਰ ਕਰਕੇ। ਹੁਣ ਭਾਵੇਂ ਤੁਸੀਂ ਮੈਨੂੰ ਗੋਲੀ ਮਾਰੋ ਤੇ ਭਾਵੇਂ ਮੇਰੀ ਜਾਨ ਲੈ ਲਓ, ਤੇ ਰਹੀ ਤੁਹਾਡੀ ਭੈਣ ਦੀ ਗੱਲ ਤੇ ਹੋ ਰਹੀ ਹਰਗੁਣ। ਹਰਗੁਣ, ਤੂੰ ਹਾਲੇ ਤੱਕ ਆਪਣੇ ਵੀਰੇ ਨੂੰ ਸਮਝ ਨਹੀਂ ਸਕੀ। ਮੈਂ ਮੰਨਦਾ ਇਹ ਮੁੰਡਾ ਬਹੁਤਾ ਅਮੀਰ ਨਹੀਂ, ਪਰ ਜੇ ਤੂੰ ਇਹਨੂੰ ਪਸੰਦ ਕਰਦੀ ਸੀ ਤੇ ਮੈਨੂੰ ਸੱਚ ਸੱਚ ਦੱਸ ਦਿੰਦੀ। ਓਏ, ਹੁਣ ਤਾਂ ਨਹੀਂ ਭੱਜੇਗਾ ਨਾ ਤੂੰ? ਓ ਨਹੀਂ ਨਹੀਂ ਭਾਜੀ, ਹੁਣ ਕਿਉਂ ਭੱਜੂਗਾ, ਤਾਂ ਚੱਕ ਲਿਆਵਾਂਗੇ। ਨਾਲੇ ਗੱਲ ਸੁਣ। ਹਾਂਜੀ। ਹੁਣ ਐਂ ਕਰਕੇ ਤੁਰਨ ਦੀ ਲੋੜ ਨਹੀਂ ਤੈਨੂੰ, ਚੌੜਾ ਹੋ ਕੇ ਤੁਰਿਆ ਕਰ, ਰਾਜਵੀਰ ਦਾ ਰਿਸ਼ਤੇਦਾਰ ਆ ਤੂੰ। ਭਾਜੀ ਤੁਹਾਡੇ ਸਾਹਮਣੇ ਵੀ? ਓਏ ਠੀਕ ਹੈ ਭਾਜੀ, ਕੋਈ ਨਹੀਂ, ਚੱਕ ਦੋ ਫੱਟੇ ਫਿਰ। ਉਹ ਵਿਆਹ ਕਰੀ ਜਾਂਦੇ ਹੋ, ਸਾਡੇ ਬਾਰੇ ਵੀ ਸੋਚ ਲਓ, ਸਾਨੂੰ ਵੀ ਖੋਲ ਦੋ। ਮੇਰੀ ਲਵਲੀ ਵੀ ਦਵਾ ਦੋ। ਚੁੱਪ ਕਰ ਜਾ, ਲਵਲੀ ਲਵਲੀ ਲੈ ਤੂੰ। ਬਟਾਲੇ ਖੋਲ ਦੇ ਬਈ, ਸਾਰਿਆਂ ਨੂੰ ਕਰ ਦੋ ਆਜ਼ਾਦ ਇਹਨਾਂ ਨੂੰ। ਮਾਹੀਆ ਦਿਲ ਤੈਨੂੰ ਫਿਰ ਲੱਭਦਾ। ਲਵਲੀ, ਇੱਕ ਬੇਸ਼ੱਕ ਪੂਰੀ ਕਹਾਣੀ ਦੇ ਵਿੱਚ ਆਪਾਂ ਝੂਠ ਦਾ ਸਹਾਰਾ ਲਿਆ, ਪਰ ਇੱਕ ਗੱਲ ਮੈਂ ਤੈਨੂੰ ਸੱਚੀ ਕਹਿਣੀ ਚਾਹੁੰਦਾ ਕਿ ਮੈਂ ਤੈਨੂੰ ਦਿਲ ਤੋਂ ਪਿਆਰ ਕਰਦਾ, ਅਤੇ ਤੈਥੋਂ ਵੀ ਇਹ ਜਾਣਨਾ ਚਾਹੁੰਦਾ ਕਿ ਕਿਤੇ ਇਹ ਸੱਚ ਹੈ ਸਿਰਫ ਮੇਰੇ ਵੱਲੋਂ ਹੀ ਹੈ ਜਾਂ ਤੇਰੇ ਵੱਲੋਂ ਵੀ। ਮੈਨੂੰ ਇਸੇ ਸੱਚ ਨੇ ਮਜਬੂਰ ਕੀਤਾ ਕਿ ਮੈਂ ਆਪਣਾ ਬੋਲਿਆ ਹੋਇਆ ਝੂਠ ਸਾਰਿਆਂ ਸਾਹਮਣੇ ਦੱਸਿਆ। ਮਤਲਬ ਮੈਂ ਹਾਂ ਸਮਝਾਂ? ਹਾਂ, ਪਰ ਮੈਂ ਇੱਕ ਝੂਠ ਹੋਰ ਬੋਲਿਆ। ਮਤਲਬ? ਮਤਲਬ ਮੈਂ ਬਾਅਦ ਚ ਦੱਸਾਂਗੀ। ਓ ਲਵਲੀ, ਲਓ ਜੀ, ਜੋਗੇ ਨੂੰ ਤਾਂ ਮਿਲ ਗਈ ਆਪਣੀ ਲਵਲੀ, ਤੇ ਹਰਗੁਣ ਨਾਲ ਮਨੂ ਦੀ ਜ਼ਿੰਦਗੀ ਵਿੱਚ ਵੀ ਰੰਗ ਭਰੇ ਗਏ, ਤੇ ਇੱਧਰ ਹੈਪੀ ਨੂੰ ਤਾਂ ਉਹਦੀ ਲਵਲੀ ਮਿਲੀ ਨਹੀਂ, ਪਰ ਅੱਜ ਵੀ ਉਹਦੀਆਂ ਫੋਟੋਆਂ ਦੇਖ ਦੇਖ ਕੇ ਖੁਸ਼ ਹੋਈ ਜਾਂਦਾ, ਤੇ ਗਰੇਵਾਲ ਸਾਹਿਬ ਅੱਜ ਵੀ ਪੈਸੇ ਬਚਾਉਣ ਦੀਆਂ ਸਕੀਮਾਂ ਲਾਈ ਜਾਂਦੇ ਨੇ, ਤੇ ਸਾਡੇ ਇੰਸਪੈਕਟਰ ਰਾਏ ਅੱਜ ਵੀ ਲੋਕਾਂ ਦੇ ਹੈਲਮਟ ਲਾ ਲਾ ਕੇ ਚਲਾਨ ਕਰੀ ਜਾਂਦੇ ਨੇ ਤੇ ਆਪਣੇ ਕੋਟੇ ਪੂਰੇ ਕਰੀ ਜਾਂਦੇ ਨੇ। ਉੱਧਰ ਅਮਰੂ ਅੱਜ ਕੱਲ੍ਹ ਰਾਜਵੀਰ ਦੇ ਬਾਗਾਂ ਦੇ ਘਾਹ ਕੱਟਦਾ, ਤੇ ਰੰਧਾਵਾ ਸਾਹਿਬ
ਉਹ ਆਪਣੀ ਲਵਲੀ ਨੂੰ ਲੈ ਕੇ ਲੰਘ ਗਏ ਨੇ ਪਿੰਡ, ਪਰ ਲੜਾਈਆਂ ਹਜੇ ਵੀ ਜਾਰੀ ਨੇ ਉੱਥੇ। Believe.